ਜਸ ਗੱਲ ਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੌਰੀ ਮੇਰਾ ਗਲਾ ਥੋੜ੍ਹਾ ਜਿਹਾ ਖਰਾਸ਼, ਮਤਲਬ ਮੈਂ ਆਈ ਵਾਜ਼ ਬੈਡ ਵੀਕਐਂਡ 'ਤੇ, ਫਲੂ ਵਾਇਰਲ ਹੋਇਆ ਹੋਇਆ ਸੀ। ਆਈ ਐਮ ਟੋਟਲੀ ਫਾਈਨ ਨਾਓ, ਪਰ ਉਹ ਗਲਾ ਜਿਹੜਾ ਨਾ ਥੋੜ੍ਹਾ ਟਾਈਮ ਲੈਂਦਾ ਹੈ, ਸੋ ਬੇਅਰ ਵਿਦ ਮੀ। ਆਵਾਜ਼ ਥੋੜ੍ਹੀ, ਦੋ ਤਿੰਨ ਡਿਫਰੈਂਟ ਆਵਾਜ਼ਾਂ ਨਿਕਲ ਰਹੀਆਂ, ਬਟ ਯੂ ਆਲਵੇਜ਼ ਸਪੋਰਟਿਡ, ਸੋ ਮੈਂ ਕਿਹਾ ਸ਼ੋਅ ਤਾਂ ਕਰਨਾ ਹੀ ਬਣਦਾ, ਸੋ ਇਕੱਠੇ ਬੈਠ ਕੇ ਗੱਲਾਂ ਕਰਨੀਆਂ। ਔਰ ਜੋ ਖਾਸ ਤੌਰ 'ਤੇ ਕੁਐਸਚਨ ਪੁੱਛ ਰਹੇ ਹਾਂ ਉਹ ਕਿਸ ਤਰ੍ਹਾਂ ਇੰਤਜ਼ਾਰ ਕਰਦੇ ਰਹਿਣਗੇ। ਸੋ ਥੈਂਕ ਯੂ ਸੋ ਮੱਚ ਫੋਰ ਬੀਂਗ ਵਿਦ ਮੀ। ਬਹੁਤ ਬਿਊਟੀਫੁਲ ਡੇ ਹੈ ਬਾਹਰ, ਅਫਕੋਰਸ ਗਰਮ ਹੈ, ਪਰ ਅਸੀਂ ਗਰਮੀ ਦੀ ਵੇਟ ਵੀ ਤਾਂ ਕਰ ਰਹੇ ਸੀ, ਸਮਰਜ਼ ਹੈ, ਹੋਰ ਵਟ ਡੂ ਵੀ ਐਕਸਪੈਕਟ। ਸਾਰੇ ਥੋੜ੍ਹੀ ਕੰਪਲੇਨ ਵੀ ਕਰਨ ਲੱਗ ਜਾਂਦੇ ਹਾਂ ਕਿ ਉਹ ਬੜੀ ਗਰਮੀ ਹੋ ਗਈ, ਬੜੀ ਗਰਮੀ ਹੋ ਗਈ। ਦੈਟਸ ਐਗਜੈਕਟਲੀ ਵਟ ਇਟ ਸਪੋਜ਼ ਟੂ ਬੀ। ਸੋ ਗਰਮੀ ਦਾ ਵੀ ਪੂਰਾ ਲਾਹਾ ਲਾਓ, ਯੂ ਨੋ, ਮੀਟ ਫਰੈਂਡਸ। ਖਾਸ ਤੌਰ 'ਤੇ ਨੌਰਥ ਵਿੱਚ ਵਿੰਟਰ ਸਾਨੂੰ ਇੰਨਾ ਹਾਈਬਰਨੇਸ਼ਨ 'ਚ ਪਾ ਦਿੰਦਾ ਕਿ ਅਸੀਂ ਘੱਟ ਬਾਹਰ ਨਿਕਲ ਸਕਦੇ ਹਾਂ, ਘੱਟ ਆਪਣੇ ਫਰੈਂਡਸ ਨੂੰ ਮਿਲ ਸਕਦੇ ਹਾਂ। ਸੋ ਦਿਸ ਇਜ਼ ਅ ਗੁੱਡ ਟਾਈਮ ਟੂ ਟਰੈਵਲ, ਮੀਟ ਫਰੈਂਡਸ ਐਂਡ ਫੈਮਿਲੀ ਐਂਡ ਗੈਟ ਟੂਗੈਦਰ ਆਲ ਦ ਟਾਈਮ। ਬਟ ਐਨੀਵੇਜ਼, ਅੱਜ ਜਿਹੜਾ ਸਵਾਲ ਹੈ ਬੜਾ ਸਵੀਟ ਜਿਹਾ, ਮਤਲਬ ਮੇਰੀ ਗੱਲ ਹੋਈ ਇਹਨਾਂ ਨਾਲ, ਬੜਾ ਅੱਛਾ ਲੱਗ ਰਿਹਾ ਸੀ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਪਰਿਵਾਰ ਹੈਗੇ ਨੇ ਜਿਹੜੇ ਸਾਰੇ ਇਕੱਠੇ ਰਹਿੰਦੇ ਨੇ, ਇੱਕ ਦੂਜੇ ਨਾਲ ਬਹੁਤ ਪਿਆਰ ਮੁਹੱਬਤ ਹੈ। ਸੋ ਅਫਕੋਰਸ ਥੋੜ੍ਹਾ ਜਿਹਾ ਇਹਨਾਂ ਦਾ ਜਿਹੜਾ ਕੁਐਸਚਨ ਹੈ ਉਹ ਅਸੀਂ ਵੀ ਡੀਲ ਕਰਾਂਗੇ, ਪਰ ਕਹਿੰਦੇ ਨੇ ਓਵਰਆਲ ਬੜਾ ਵਧੀਆ। ਇਹ ਹੈਗੇ ਨੇ ਕੋਈ 46-47 ਈਅਰ ਓਲਡ ਲੇਡੀ ਹੈ, ਦੋ ਬੱਚੇ ਨੇ, ਦੋ ਮੁੰਡੇ ਨੇ, ਇੱਕ ਸਕੂਲ ਜਾਂਦਾ ਹਾਲੇ, ਇੱਕ ਹੁਣੇ ਕਾਲਜ ਜੁਆਇਨ ਕੀਤਾ, ਫਸਟ ਈਅਰ ਹੋ ਗਿਆ ਉਹਦਾ ਵੀ। ਸੋ ਹੀ ਸੇਜ਼, ਸ਼ੀ ਸੇਜ਼ ਕਿ ਸਾਰਾ ਕੁਛ ਵਧੀਆ। ਕੁਝ ਸਾਲ ਪਹਿਲੇ ਇਹ ਐਕਚੁਲੀ ਇਹ ਵੀ ਦੱਸ ਰਹੇ ਨੇ ਕਿ ਇਹਨਾਂ ਦੇ ਫਾਦਰ ਸਾਹਿਬ 70 ਦੇ ਵਿੱਚ ਇੱਥੇ ਆਏ ਹੋਏ ਨੇ, ਸੋ ਮਤਲਬ ਇਹਨਾਂ ਦਾ ਬਰਥ ਇੱਥੇ ਦਾ ਹੀ ਹੈਗਾ, ਔਰ ਕਾਫੀ ਦੇਰ ਤੋਂ ਫੈਮਿਲੀ ਇੱਥੇ, ਔਰ ਫਾਦਰ ਨੇ ਆ ਕੇ ਬੜੀ ਮਿਹਨਤ ਕੀਤੀ ਹੈ, ਐਂਡ ਬਹੁਤ ਹੁਣ ਉਹਨਾਂ ਦੀ ਸਿਹਤ ਥੋੜ੍ਹੀ ਫਿਜ਼ੀਕਲੀ ਵੀਕ ਰਹਿੰਦੇ ਹੈ, ਪਰ ਕਹਿੰਦੇ ਮੈਂਟਲੀ ਇੰਨੇ ਅਲਰਟ ਹੈ, ਔਰ ਹਾਲੇ ਵੀ ਪੂਰਾ ਕੰਟਰੋਲ ਉਹਨਾਂ ਦਾ, ਇਨ ਅ ਵੈਰੀ ਗੁੱਡ ਸੈਂਸ। ਬਹੁਤ ਫੇਅਰ ਨੇ, ਬਹੁਤ ਹੀ ਅੱਛੇ ਇਨਸਾਨ ਨੇ, ਸਭ ਨੂੰ ਆਪਣੀ ਜਗ੍ਹਾ ਦੇ ਉੱਤੇ ਉਹਨਾਂ ਨੇ ਫੇਅਰ ਰੱਖਿਆ। ਸੋ ਇਹਨਾਂ ਦੇ ਦੋ ਬ੍ਰਦਰਸ ਅਤੇ ਇੱਕ ਸਿਸਟਰ, ਤਿੰਨ ਹੈਗੇ ਨੇ, ਸਾਰੇ ਇਕੱਠੇ ਰਹਿੰਦੇ ਨੇ, ਬਹੁਤ ਮਤਲਬ ਇੱਕੋ ਵੱਡੇ ਘਰ ਦੇ ਡਿਫਰੈਂਟ ਪੋਰਸ਼ਨਸ ਦੇ ਵਿੱਚ ਰਹਿੰਦੇ ਨੇ। ਔਰ ਕਹਿੰਦੇ ਨੇ ਕਿ ਇਹਨਾਂ ਦੇ ਕੁਛ ਸਾਲ ਪਹਿਲੇ ਇਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ, ਇਹ ਸੇਮ ਸ਼ਹਿਰ 'ਚ ਰਹਿੰਦੇ ਸੀ, ਬਟ ਫਾਦਰ ਨੇ ਤਾਂ ਬੱਚੇ ਬਹੁਤ ਛੋਟੇ ਸੀ, ਇਹਨਾਂ ਦੇ ਦੋਨੋਂ ਬੇਟੇ ਬਹੁਤ ਛੋਟੇ ਸੀ, ਇੱਕ ਐਕਸੀਡੈਂਟ ਦੇ ਵਿੱਚ ਹਸਬੈਂਡ ਦੀ ਡੈਥ ਹੋ ਗਈ, ਔਰ ਇਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਸੀ। ਸੋ ਫਾਦਰ ਬਿਨਾਂ ਕੁਛ ਯੂ ਨੋ ਇਹਨਾਂ ਦੇ ਡਿਸੀਜਨ ਦੀ ਵੇਟ ਕੀਤੇ, ਇਹਨਾਂ ਨੂੰ ਅਤੇ ਬੱਚਿਆਂ ਨੂੰ ਆਪਣੇ ਘਰ ਲਿਆਏ। ਉਸ ਤੋਂ ਬਾਅਦ ਘਰ ਵੀ ਬਦਲਿਆ, ਬਹੁਤ ਵੱਡਾ ਘਰ ਹੈ ਹੁਣ, ਡਿਫਰੈਂਟ ਡਿਫਰੈਂਟ ਪੋਰਸ਼ਨਸ ਦੇ ਵਿੱਚ ਸਾਰੇ ਇੰਡੀਪੈਂਡੈਂਟਲੀ ਵੀ ਕੀਤੇ ਹੋਏ ਹੈ ਫਾਦਰ ਨੇ, ਬਟ ਓਵਰਆਲ ਇੱਕ ਕੰਟਰੋਲ ਜਿਹੜਾ ਹਾਲੇ ਉਹਨਾਂ ਦਾ ਹੀ ਹੈ। ਮੇਨ ਵੱਡਾ ਹਾਲ, ਲਿਵਿੰਗ ਰੂਮ, ਇਕੱਠੇ ਫੈਮਿਲੀ ਬੈਠਦੀ ਹੈ, ਉਹ ਆਪਣੀ ਹੈ, ਪਰ ਫਿਰ ਵੀ ਆਪਣਾ ਆਪਣਾ ਇਹਨਾਂ ਦਾ ਪੂਰੀ ਇੰਡੀਪੈਂਡੈਂਸ ਵੀ ਹੈ। ਸੋ ਕਹਿੰਦੇ ਨੇ ਕਿ ਦੋਨੋਂ ਬ੍ਰਦਰਸ ਬਹੁਤ ਅੱਛਾ ਕਰ ਰਹੇ ਨੇ, ਇੱਕ ਜੋਬ ਚ ਹੈ, ਇੱਕ ਬਿਜ਼ਨਸ, ਫਾਦਰ ਦੇ ਹੀ ਬਿਜ਼ਨਸ ਨੂੰ ਉਹਨਾਂ ਨੇ ਅੱਗੇ ਲੈ ਕੇ ਗਏ ਨੇ, ਐਂਡ ਐਵਰੀਥਿੰਗ ਇਜ਼ ਵੈਲ। ਇਹ ਵੀ ਹੁਣ ਜੋਬ ਕਰਦੇ ਨੇ, ਕਾਫੀ ਸਾਲ ਕਹਿੰਦੇ ਨੇ ਮੈਂ ਜੋਬ ਨਹੀਂ ਕੀਤੀ ਕਿਉਂਕਿ ਪਹਿਲੇ ਬਿਮਾਰ ਬਹੁਤ ਹੋ ਗਏ, ਔਰ ਉਸ ਤੋਂ ਬਾਅਦ ਇਹਨਾਂ ਦੇ ਬੱਚੇ ਬੜੇ ਛੋਟੇ ਸੀ, ਸੋ ਜਦੋਂ ਇਹਨਾਂ ਦੇ ਇੱਧਰ ਆਏ ਤਾਂ ਕਹਿੰਦੇ ਨੇ ਕਿ ਭਰਾਵਾਂ ਦੇ ਬੱਚੇ ਪ੍ਰੈਕਟੀਕਲੀ ਮੈਂ ਹੀ ਪਾਲੇ ਨੇ, ਯੂ ਨੋ, ਉਹ ਬਹੁਤ ਕਲੋਜ਼ ਨੇ ਮੇਰੇ ਦੋਨੋਂ ਭਰਾਵਾਂ ਦੇ ਜਿਹੜੇ ਬੱਚੇ ਨੇ ਉਹ ਬਹੁਤ ਕਲੋਜ਼ ਨੇ, ਮੈਂ ਪਾਲੇ ਨੇ, ਹੁਣ ਵੀ ਸਾਰੇ ਆ ਕੇ ਪਹਿਲੀ ਗੱਲ ਦੱਸਦੇ ਨੇ, ਸੋ ਬਹੁਤ ਮਾਣ ਦਿੰਦੇ ਨੇ। ਥੋੜ੍ਹਾ ਜਿਹਾ ਜੋ ਇਹਨਾਂ ਨੂੰ ਇਸ ਵੇਲੇ ਲੱਗ ਰਿਹਾ, ਕਹਿੰਦੇ ਨੇ ਕਿ ਮੈਂ ਬਿਲਕੁਲ ਗਿਲਾ ਨਹੀਂ ਕਰ ਰਹੀ, ਦੋ ਭਰਜਾਈਆਂ ਨੇ, ਇੱਕ ਬਿਲਕੁਲ ਮੇਰੀ ਏਜ ਦੀ ਹੈ, ਸੋ ਕਾਫੀ ਸਹੇਲੀਆਂ ਵਾਕਣ ਅਸੀਂ ਹੈਗੇ ਹਾਂ, ਇੱਕ ਜਿਹੜੇ ਵੱਡੇ ਨੇ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ, ਉਹਨਾਂ ਨੇ ਵੀ ਸਾਡੇ ਘਰ ਆ ਕੇ ਸਾਰਾ ਬਹੁਤ ਸੰਭਾਲਿਆ, ਹਮੇਸ਼ਾ ਸਭ ਨੂੰ ਇਕੱਠੇ ਵੀ ਰੱਖਿਆ, ਪਰ ਸਮਹਾਉ ਇੱਕ ਇੰਟਰਨਲੀ ਜੀ ਜੈਲਸੀ ਔਰ ਮੇਰੇ ਨਾਲ ਕੰਪੀਟੀਸ਼ਨ ਉਹਨਾਂ ਨੂੰ ਲੱਗਦਾ, ਔਰ ਕਈ ਵਾਰੀ ਬਹੁਤ ਹੀ ਮੂਡੀ ਹੋ ਜਾਂਦੇ ਨੇ ਕਿਉਂਕਿ ਮੇਰੇ ਨਾਲ ਨਹੀਂ ਠੀਕ ਤਰ੍ਹਾਂ ਬਿਹੇਵ ਕਰ ਪਾਉਂਦੇ, ਇਸ ਤਰ੍ਹਾਂ ਲੱਗਦਾ ਕਿ ਕਦੀ ਬਹੁਤ ਪਿਆਰ ਨਾਲ ਬੁਲਾ ਰਹੇ ਨੇ, ਕਦੀ ਇੱਕਦਮ ਮੂਡ ਵਿੱਚ ਹੋ ਜਾਣਗੇ। ਕਹਿੰਦੇ ਨੇ ਮੈਂ ਸਮਝਦੀ ਹਾਂ ਕਿ ਸ਼ਾਇਦ ਮੈਂ ਵੀ ਉਹਨਾਂ ਦੀ ਜਗ੍ਹਾ ਹੋਵਾਂ ਅਤੇ ਮੈਨੂੰ ਬੁਰਾ ਲੱਗੇ ਕਿਉਂਕਿ ਮੇਰੇ ਡੈਡ ਹਾਲੇ ਵੀ ਕੋਈ ਵੀ ਗੱਲ ਦਾ ਡਿਸੀਜਨ ਲੈਣਾ ਹੁੰਦਾ ਪਹਿਲੇ ਮੈਨੂੰ ਪੁੱਛਦੇ ਹੈ,
ਮੈਂ ਬੜੀ ਉਹਨਾਂ ਨੂੰ ਕਹਿ ਵੀ ਚੁੱਕੀ ਹਾਂ, ਇਕੱਲੇ ਵਿੱਚ ਉਹਨਾਂ ਨੂੰ ਕਹਿ ਚੁੱਕੀ ਹਾਂ ਕਿ ਇੰਝ ਨਾ ਕਰਿਆ ਕਰੋ, ਭਰਜਾਈਆਂ ਨੂੰ ਬੁਲਾਇਆ ਕਰੋ, ਮੈਨੂੰ ਨਾ ਇਸ ਇੰਨਾ ਉਹ ਦਿਆ ਕਰੋ, ਮੈਨੂੰ ਪਤਾ ਹੈ ਕਿ ਮਾਣ ਦਿੰਦੇ ਹੋ ਤੁਸੀਂ, ਔਰ ਮੈਂ ਆਪਣਾ ਡਿਸੀਜਨ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਮੈਨੂੰ ਮੇਰਾ ਡਿਸੀਜਨ ਦੇਖੋ ਅਤੇ ਮੈਂ ਤੁਹਾਨੂੰ ਇਕੱਲੇ 'ਚ ਦੱਸ ਦਾਂਗੀ, ਪਰ ਤੁਸੀਂ ਸਾਰਿਆਂ ਨੂੰ ਬੁਲਾ ਕੇ ਅਤੇ ਮੈਨੂੰ ਇੰਨਾ ਯੂ ਨੋ ਓਵਰਆਲ ਕਿ ਹਾਂ ਜੋ ਇਹ ਕਹੇਗੀ ਨਾ ਉਹ ਦੱਸੋ ਕੀ ਕਹਿੰਦੇ ਹੋ ਤੁਸੀਂ, ਇਸ ਤਰ੍ਹਾਂ ਕਰਦੇ ਨੇ ਅਤੇ ਮੈਨੂੰ ਲੱਗਦਾ ਕਿ ਉਹ ਚੀਜ਼ ਮੇਰੀ ਵੱਡੀ ਭਰਜਾਈ ਨੂੰ ਅੱਛੀ ਨਹੀਂ ਲੱਗਦੀ। ਸੋ ਉਹ ਚੀਜ਼ ਸਾਡੇ ਵਿੱਚ ਜਿਹੜੀ ਇੱਕ ਗੈਪ ਕ੍ਰੀਏਟ ਕਰ ਰਹੀ ਹੈ, ਕਹਿੰਦੇ ਨੇ ਕਿ ਮੇਰਾ ਇਹੀ ਘਰ ਹੈ, ਬੱਚਿਆਂ ਦਾ ਵੀ ਇਹੀ ਹੈ, ਔਰ ਬਹੁਤ ਗ੍ਰੇਟਫੁਲ ਹਾਂ ਕਿ ਇਹ ਪਰਿਵਾਰ ਮੇਰੇ ਨਾਲ ਹੈ ਸਾਰੇ, ਮੈਂ ਇਹਨੂੰ ਖੋਣਾ ਨਹੀਂ ਚਾਹੁੰਦੀ। ਪਰ ਜਿਵੇਂ ਜਿਵੇਂ ਬੱਚੇ ਸਾਰਿਆਂ ਦੇ ਵੱਡੇ ਹੋ ਰਹੇ ਨੇ, ਫਿਰ ਵੀ ਜਿਹੜੀ ਮੇਰੀ ਭਰਜਾਈ ਹੈ ਉਹ ਹੋਰ ਜ਼ਿਆਦਾ ਇਰੀਟੇਬਲਟੀ ਉਹਨਾਂ ਦੀ ਵੱਧ ਰਹੀ ਹੈ, ਔਰ ਮੈਨੂੰ ਲੱਗਦਾ ਕਿ ਸਾਰਿਆਂ ਨਾਲੋਂ ਮੇਰੇ ਨਾਲ ਹੀ ਜ਼ਿਆਦਾ ਹੈ। ਸੋ ਜਿਹੜਾ ਕਿ ਜ਼ਾਹਿਰਾ ਤੌਰ 'ਤੇ ਜਦ ਵੀ ਮੈਨੂੰ ਮਾਣ ਮਿਲਦਾ ਅਤੇ ਉਹਨਾਂ ਨੂੰ ਅੱਛਾ ਨਹੀਂ ਲੱਗਦਾ, ਔਰ ਉਹ ਛੁਪਾ ਨਹੀਂ ਪਾਉਂਦੇ ਉਸ ਚੀਜ਼ ਨੂੰ, ਕਹਿ ਜਾਂਦੇ ਨੇ, ਇਹ ਮੇਰੀ ਪ੍ਰੋਬਲਮ ਹੈ, ਮੈਂ ਕਿਸ ਤਰ੍ਹਾਂ ਇਸ ਚੀਜ਼ ਤੋਂ ਹਟਾਂ। ਮੈਂ ਚਾਹੁੰਦੀ ਹਾਂ ਕਿ ਅਲੱਗ ਸ਼ਿਫਟ ਹੋ ਜਾਵਾਂ, ਉਹ ਵੀ ਮੈਂ ਆਪਣੇ ਫਾਦਰ ਨਾਲ ਗੱਲ ਕਰ ਚੁੱਕੀ ਹਾਂ, ਔਰ ਉਹਨਾਂ ਨੇ ਬਹੁਤ ਫੇਅਰਲੀ ਮੇਰੇ ਜੋ ਮੈਨੂੰ ਦੇਣਾ ਚਾਹੁੰਦੇ ਸੀ, ਮੇਰੇ ਕੋਲ ਵੀ ਬਥੇਰਾ ਹੈਗਾ, ਮੇਰੇ ਹਸਬੈਂਡ ਦੇ ਵੱਲੋਂ ਮੈਨੂੰ ਬਥੇਰਾ ਮਿਲਿਆ ਹੋਇਆ, ਮੈਂ ਵੀ ਜਦੋਂ ਬੱਚੇ ਥੋੜ੍ਹੇ ਵੱਡੇ ਹੋਏ ਅਤੇ ਜੋਬ ਕੀਤੀ ਹੈ, ਸੋ ਫਾਈਨੈਂਸ਼ਲੀ ਬੜੇ ਅੱਛੀ ਤਰ੍ਹਾਂ ਸਿਕਿਓਰ ਹੈਗੇ ਹੈ। ਪਰ ਫਾਦਰ ਨੇ ਫਿਰ ਵੀ ਆਪਣੇ ਵੱਲੋਂ ਇੱਕ ਘਰ ਲੈ ਕੇ ਰੱਖਿਆ ਹੋਇਆ ਜਿਹਦਾ ਕਿਰਾਇਆ ਆਉਂਦਾ ਉਹ ਮੇਰੇ ਨਾਮ ਕੀਤਾ ਹੋਇਆ, ਔਰ ਪਰ ਫਿਰ ਵੀ ਹਾਲੇ ਉਹ ਕਹਿੰਦੇ ਨੇ ਜਦ ਤੱਕ ਮੈਂ ਹੈਗਾ ਤੂੰ ਇੱਥੋਂ ਨਹੀਂ ਹਿਲਣਾ, ਤੂੰ ਮੇਰੇ ਕੋਲ ਹੀ ਰਹਿਣਾ। ਸੋ ਸਭ ਕੁਝ ਓਵਰਆਲ ਕਦੀ ਕੋਈ ਟੈਨਸ਼ਨ ਨਹੀਂ ਹੋਈ, ਕੋਈ ਚਿਕ ਚਿਕ ਯੂ ਨੋ ਇਸ ਤਰ੍ਹਾਂ ਨਹੀਂ ਹੋਈ, ਪਰ ਇੱਕ ਕੋਲਡ ਜੀ ਟੈਨਸ਼ਨ ਜਿਹੜੀ ਹੈ ਭਰਜਾਈ ਦੇ ਨਾਲ ਜਿਹੜੀ ਮੇਰੀ ਚੱਲਦੀ ਹੈ ਉਹ ਮੈਨੂੰ ਸਟ੍ਰੈਸ ਦਿੰਦੀ ਹੈ, ਕਿਉਂਕਿ ਜਿਸ ਤਰ੍ਹਾਂ ਬੱਚੇ ਵੱਡੇ ਹੋ ਰਹੇ ਨੇ ਹੋਰ ਚੀਜ਼ਾਂ ਆਉਂਦੀਆਂ, ਬੱਚੇ ਵੀ ਜਿਹੜੇ ਭਤੀਜੇ ਭਾਂਜੀਆਂ ਉਹ ਮੇਰੇ ਬੜੇ ਕਲੋਜ਼ ਨੇ, ਹੁਣ ਇੰਝ ਲੱਗਦਾ ਜਿਵੇਂ ਵੱਡੇ ਹੋ ਰਹੇ ਨੇ ਉਹ ਵੀ ਭਰਜਾਈ ਨੂੰ ਪਸੰਦ ਨਹੀਂ। ਸੋ ਸਾਰਿਆਂ ਨੇ ਜੋਬਸ ਕੀਤੀਆਂ, ਔਰ ਮੇਰੇ ਕਾਫੀ ਦੇਰ ਤੱਕ, ਕਿਉਂਕਿ ਮੇਰੇ ਬੱਚੇ ਸਭ ਤੋਂ ਛੋਟੇ ਸੀਗੇ ਅਤੇ ਮੈਂ ਕਰ ਰਹੀ ਹਾਂ ਇਸ ਪਿੱਛੇ, ਸ਼ਾਇਦ ਬੱਚੇ ਮੇਰੇ ਨਾਲ ਕਲੋਜ਼ ਵੀ ਨੇ, ਪਰ ਮੈਨੂੰ ਸਿਰਫ ਗੱਲਬਾਤ ਦੇ ਵਿਊਜ਼ ਤੋਂ ਇਹ ਚਾਹੀਦਾ ਹੈ ਕਿ ਸਾਰੇ ਮੈਨੂੰ ਦੱਸਣ ਕਿ ਮੈਂ ਇਸ ਸਿਚੁਏਸ਼ਨ ਨੂੰ ਪਲੈਜ਼ੈਂਟ ਕਿਵੇਂ ਬਣਾ ਸਕਦੀ ਹਾਂ। ਅਫਕੋਰਸ ਮੈਂ ਵੀ ਯੂ ਨੋ ਮਦਰ ਫਾਦਰ ਦਾ ਘਰ ਨਹੀਂ ਛੋੜਨਾ ਚਾਹੁੰਦੀ, ਮੇਰੇ ਮਦਰ ਢਿੱਲੇ ਰਹਿੰਦੇ ਨੇ ਔਰ ਮੈਂ ਕਾਫੀ ਮੈਂ ਉਹਨਾਂ ਦੇ ਨਾਲ ਹੁੰਦੀ ਹਾਂ ਜਦੋਂ ਵੀ ਉਹਨਾਂ ਨੂੰ ਲੋੜ ਹੁੰਦੀ ਹੈ, ਪਰ ਵੈਸੇ ਮੇਰੀਆਂ ਭਰਜਾਈਆਂ ਵੀ ਬੜੀ ਸੇਵਾ ਕਰਨ ਵਾਲੀਆਂ। ਪਰ ਓਵਰਆਲ ਕਹਿੰਦੇ ਨੇ ਕਿ ਕਿਸ ਤਰ੍ਹਾਂ ਮੈਂ ਇਹ ਸਟ੍ਰੈਸ ਘਟਾ ਸਕਦੀ ਹਾਂ, ਇਹ ਸਿਰਫ ਇੱਕ ਸਟ੍ਰੈਸ ਹੈ ਜਿਹੜਾ ਮੈਨੂੰ ਤੰਗ ਕਰਦਾ, ਔਰ ਮੈਨੂੰ ਲੱਗਦਾ ਕਿ ਮੇਰੀ ਭਰਜਾਈ ਨੂੰ ਵੀ ਬਹੁਤ ਤੰਗ ਕਰਦਾ, ਕਿਉਂਕਿ ਹੋ ਸਕਦਾ ਕਿ ਮੈਂ ਹੋਰ ਤਰ੍ਹਾਂ ਦੀ ਹੋਵਾਂ, ਉਹ ਅੰਦਰ ਹੀ ਅੰਦਰ ਪਰੇਸ਼ਾਨ ਹੋ ਰਹੇ ਹੋਣ ਅਤੇ ਕਿਤੇ ਬਿਮਾਰ ਨਾ ਹੋ ਜਾਣ। ਸੋ ਮੈਨੂੰ ਆਪਣੇ ਭਰਾ 'ਤੇ ਆਉਂਦਾ ਕਿ ਯੂ ਨੋ ਉਹਨੂੰ ਮੁਸ਼ਕਿਲ ਹੁੰਦੀ ਹੋਏਗੀ ਜਾਂ ਫਿਰ ਉਹਨੂੰ ਕਹਿੰਦੇ ਹੋਣਗੇ। ਸੋ ਪਲੀਜ਼ ਮੈਨੂੰ ਦੱਸੋ ਕਿ ਮੈਨੂੰ ਇਹ ਸਿਚੁਏਸ਼ਨ ਕਿਸ ਤਰ੍ਹਾਂ ਹੈਂਡਲ ਕਰਨੀ ਚਾਹੀਦੀ ਹੈ। ਵੈਲਕਮ ਬੈਕ, ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਜ਼ਰੂਰ ਇਹਨਾਂ ਨਾਲ ਗੱਲ ਕਰੋ। ਆਈ ਨੋ ਅਸੀਂ ਖਾਲੀ ਜਿਹੜੇ ਸਵਾਲ ਪੁੱਛ ਰਹੇ ਹੁੰਦੇ ਹਾਂ ਉਹਨਾਂ ਨਾਲ ਗੱਲ ਨਹੀਂ ਕਰ ਰਹੇ ਹੁੰਦੇ, ਕਈ ਚੀਜ਼ਾਂ ਜਿਹੜੀਆਂ ਬਹੁਤ ਯੂ ਨੋ ਫੈਮਲੀਜ਼ ਜਿੱਥੇ ਸਭ ਕੁਝ ਠੀਕ ਚੱਲ ਰਿਹਾ, ਫਿਰ ਵੀ ਇੱਕ ਦੋ ਬੰਦਿਆਂ ਦੇ ਵਿੱਚ ਕੋਈ ਕੋਲਡ ਟੈਨਸ਼ਨ ਥੋੜ੍ਹੀ ਜਿਹੀ ਅੰਦਰੋਂ ਅੰਦਰ, ਉਸ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ, ਆਈ ਥਿੰਕ ਇੱਕ ਇਹਦਾ ਵੀ ਇੱਕ ਸਵਾਲ ਹੈ ਅੱਜ। ਸੋ ਜਿਹਦੇ 'ਚ ਇੰਟੈਂਸ਼ਨਸ ਬੈਸਟ ਹੁੰਦੀਆਂ ਔਰ ਕੋਈ ਕੰਪਲੇਨ ਨਹੀਂ ਹੈ, ਇੱਕ ਅੰਡਰਸਟੈਂਡਿੰਗ ਵੀ ਹੈ, ਜਿਸ ਤਰ੍ਹਾਂ ਇਹ ਦੱਸ ਰਹੇ ਨੇ ਅੰਡਰਸਟੈਂਡਿੰਗ ਹੈ ਕਿ ਨਹੀਂ ਮੈਂ ਸਮਝ ਸਕਦੀ ਹਾਂ ਕਿ ਉਹਨਾਂ ਨੂੰ ਬੁਰਾ ਲੱਗਦਾ ਹੋਏ, ਮੈਂ ਵੀ ਸ਼ਾਇਦ ਉਹਨਾਂ ਦੀ ਜਗ੍ਹਾ ਹੋਵਾਂ ਅਤੇ ਮੈਨੂੰ ਬੁਰਾ ਲੱਗੇ, ਪਰ ਕਿਵੇਂ ਇਹਨੂੰ ਡੀਲ ਕਿਵੇਂ ਕਰੀਏ ਇਹਦੇ ਨਾਲ। ਸੋ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ, ਕੀ ਹਾਲ ਚਾਲ? ਠੀਕ ਹੈ ਆਂਟੀ ਜੀ। ਹਾਂਜੀ ਦੱਸੋ। ਮੈਂ ਇਹ ਦੱਸਾਂਗੀ, ਹਾਂਜੀ ਮੈਂ ਆਵਾਜ਼ ਬੰਦ ਕਰ ਤੇ ਪਤਾ ਕੀ ਹੈ, ਹਾਂਜੀ ਮੈਂ ਵੀ ਆਪਣੇ ਪੇਕਿਆਂ ਦੇ ਪਿੰਡ 'ਚ ਮੇਰਾ ਘਰ ਸੀ, ਸਹੁਰੇ 3 ਕੁ ਮੀਲ ਦੂਰ ਸਨ, ਮੇਰਾ ਵਿਆਹ ਉੱਥੇ ਹੋਇਆ ਸੀ, ਬਾਅਦ 'ਚ ਮੇਰਾ ਘਰ ਇੱਥੇ ਸੀ। ਜੀ ਜੀ, ਮੇਰੇ ਫਾਦਰ ਨੇ ਮੈਨੂੰ ਇੱਥੇ ਬਣਾ ਦਿੱਤਾ, ਮੇਰੇ ਅੰਕਲ ਜੀ ਇਕੱਲੇ ਦੂਰ ਜਾ ਸੀ। ਓਕੇ, ਬਸ ਜਦੋਂ ਕੋਲ ਰਹੀ ਹੈ ਨਾ, ਜਾ ਕੇ ਮਾਂ ਬਾਪ ਦਾ ਦਰਦ ਵੀ ਬਣ ਸਕਦੇ ਹਾਂ, ਉਹਨਾਂ ਦੀ ਟੇਕ ਕੇਅਰ ਕਰ ਸਕਦੇ ਹਾਂ, ਉਹਨਾਂ ਨੂੰ ਘਰ ਵੀ ਕੁਛ ਦਿਨ ਮੈਂ ਲਿਆ ਕੇ ਰੱਖ ਲੈਂਦੀ ਹੁੰਦੀ ਸੀ, ਹਾਲੀ ਕਿ ਮੇਰੀਆਂ 4 ਭਰਜਾਈਆਂ ਸੀ, ਹੈ ਨਾ।
ਮੈਂ ਕਈ ਗੱਲਾਂ ਤੋਂ ਇਸ ਤਰ੍ਹਾਂ ਹੀ ਜਿਵੇਂ ਤੁਸੀਂ ਕਿਹਾ ਹੈ ਨਾ ਵੀ ਬੱਚੇ ਵੱਡੇ ਹੋ ਗਏ ਤੇ ਭਰਜਾਈਆਂ ਥੋੜਾ ਜਿਹਾ, ਜਦੋਂ ਮੈਂ ਵੇਖਿਆ ਨਾ ਮੈਂ ਘੱਟ ਜਾਣ ਆਉਣਾ ਕਰ ਗਈ ਤੇ ਆਪਣੇ ਮਾਂ ਬਾਪ ਨੂੰ ਇੱਧਰ ਲੈ ਆਉਣਾ, ਬਜ਼ੁਰਗ ਹੋ ਗਏ ਥੋੜਾ ਦੁੱਖ ਸੁੱਖ ਵੰਡਣਾ, ਮੈਂ ਉਹਨਾਂ ਨੂੰ ਇਹ ਕਹਾਂਗੀ ਮਾਂ ਬਾਪ ਨੀ ਛੱਡਿਆ ਜਾਂਦਾ, ਜਿਨ੍ਹਾਂ ਨੇ ਤੂੰ ਵਿਧਵਾ ਹੋ ਗਈ ਉਹਨਾਂ ਨੇ ਦਰਦ ਕੀਤਾ, ਜਿੰਨਾ ਮਾਂ ਨੂੰ ਦਰਦ ਹੁੰਦਾ ਹੈ ਉਹਨਾਂ ਕਿਸੇ ਨੂੰ ਨਹੀਂ ਹੁੰਦਾ ਬੱਚੇ ਦਾ, ਧੀ ਪੁੱਤਰ ਦੁਖੀ ਹੋਏ ਦਾ। ਪਰ ਮੈਂ ਇਹ ਕਹਾਂਗੀ ਹੁਣ ਬੱਚੇ ਵੱਡੇ ਹੋ ਗਏ ਨੇ, ਅੱਜ ਤੋਂ ਕੱਲ ਕੱਲ ਤੋਂ ਅੱਗੇ ਜਾ ਕੇ ਤੁਸੀਂ ਵੇਖਣਾ ਪ੍ਰੋਬਲਮ ਆਵੇਗੀ। ਬੇਸ਼ੱਕ ਉਹਦਾ ਜੀ ਨਹੀਂ ਚਾਹੁੰਦਾ ਵੀ ਮੇਰੀ ਮੰਮੀ ਦੀ ਮੈਂ ਕਰਾਂ, ਡੈਡੀ ਦੀ ਕਰਾਂ, ਕੋਲ ਆ ਜਾਂ ਕੁਛ, ਲੇਕਿਨ ਉਹਨਾਂ ਦਾ ਘਰ ਹੈਗਾ ਹੈ, ਹੁਣ ਉਹਨਾਂ ਨੂੰ ਆਪਣੇ ਨਾ ਸੈਪਰੇਟ ਹੋਣਾ ਚਾਹੀਦਾ, ਆਪਣੇ ਘਰ ਚਲੇ ਜਾਣਾ ਚਾਹੀਦਾ। ਉਹਨਾਂ ਦੇ ਬੱਚੇ ਵੱਡੇ ਹੋ ਰਹੇ ਨੇ, ਉਹ ਕੰਮ ਨੀ ਕਰ ਸਕਦੇ ਨੇ, ਉਹ ਕਹਿੰਦੇ ਨੇ ਮੇਰੇ ਕੋਲ ਸਾਰਾ ਕੁਛ ਹੈਗਾ, ਕੱਲ ਜਿਹੜਾ ਸਾਡੇ ਨਾਲ ਮੋਟ ਮੋਟਾਪ ਹੋਣਾ ਨਾ ਉਹਦੇ ਨਾਲ ਅਸੀਂ ਅੱਜ ਹੀ ਥੋੜਾ ਦੂਰ ਹੋ ਜਾਈਏ, ਤਿਆਰ ਹੋਈ ਰਹਿ ਜਾਏਗਾ। ਤੇ ਮੈਂ ਇੱਥੇ ਸਾਡੇ ਕੋਲ ਵੀ ਫੈਮਿਲੀ ਇਹੀ ਹੋਈ, ਇਸੇ ਤਰ੍ਹਾਂ ਹੀ ਹੋਇਆ, ਸੇਮ ਪ੍ਰੋਬਲਮ। ਮੈਂ ਉਹਨੂੰ ਕਹਿੰਦੀ ਹੁੰਦੀ ਸਾ, ਮੈਂ ਕਿਹਾ ਤੇਰਾ ਘਰ ਹੈ, ਤੇਰੇ ਹੁਣ ਬੱਚੇ ਇਸ ਤਰ੍ਹਾਂ ਸੇਮ ਸੀ ਵਿਧਵਾ, ਤੇ ਮੈਂ ਕਿਹਾ ਤੂੰ ਆਪਣੇ ਘਰ ਜਾ ਕੇ ਬੱਚਿਆਂ ਨੂੰ ਠੀਕ ਕਰ, ਜਿਵੇਂ ਮਰਜ਼ੀ ਤੁਸੀਂ ਬਣਾਓ ਖਾਓ ਆਪਣਾ, ਤੇ ਸੋਹਣਾ ਗੁਜ਼ਾਰਾ ਲੰਘ ਗਿਆ, ਹੁਣ ਤੇਰੇ ਬੱਚੇ ਵੱਡੇ ਹੋ ਗਏ ਨੇ। ਉਹ ਕਹਿੰਦੀ ਆਂਟੀ ਜੀ ਨਹੀਂ ਕਰਦਾ, ਮੇਰੇ ਮਾਂ ਬਾਪ ਬਜ਼ੁਰਗ ਨੇ ਤੇ ਮੈਂ ਇਹਨਾਂ ਦਾ ਸੋ, ਮੈਂ ਘਰ ਲੈ ਜਾਇਆ ਕਰ। ਮੈਂ ਉਹਨੂੰ ਬੜਾ ਕਿਹਾ, ਪਰ ਇਹ ਇਕੱਠੇ ਨੇ, ਠੀਕ ਹੈ ਆਂਟੀ ਜੀ, ਇਹ ਇਕੱਠੇ ਨੇ, ਔਰ ਚਾਂਸ ਨਹੀਂ ਲੱਗਦਾ ਕੋਈ ਕਿ ਇਸ ਤਰ੍ਹਾਂ ਪਿਓ ਦੇ ਬੈਠੇ ਬੈਠੇ ਡਿਫਰੈਂਟ ਘਰ 'ਚ ਰਹਿਣਗੇ। ਘਰ ਵੀ ਕਹਿੰਦੇ ਬਿਲਕੁਲ ਡਿਫਰੈਂਟ ਇੰਡੀਪੈਂਡੈਂਟ ਯੂਨਿਟਸ ਬੜੇ ਹੋਏ ਨੇ, ਕੋਈ ਇਕੱਠਾ ਨਹੀਂ ਹੈਗਾ, ਬਸ ਨੇੜੇ ਨੇੜੇ ਹੈ। ਹਾਂਜੀ, ਮੈਂ ਨੇੜੇ ਨੇੜੇ ਤੋਂ ਉੱਥੋਂ ਆ ਕੇ ਵੀ ਕਰ ਸਕਦੀ ਹੈ, ਉੱਥੋਂ ਉਹਨਾਂ ਨੇ ਜਾ ਕੇ ਵੀ ਘਰ ਕਰ ਸਕਦੀ ਹੈ, ਪਰ ਜਦੋਂ ਬੱਚੇ ਵੱਡੇ ਹੋ ਜਾਣ ਨਾ ਤੇ ਥੋੜ੍ਹਾ ਜਿਹਾ ਘਰ 'ਚ ਇਸ ਤਰ੍ਹਾਂ ਤੇਰ ਮੇਰ ਹੋਣ ਲੱਗ ਜਾਏ, ਫਿਰ ਥੋੜ੍ਹਾ ਜਿਹਾ ਬੇਟੇ ਪਾਸੇ ਹੋ ਜਾਣਾ ਚਾਹੀਦਾ ਹੈ, ਪਿਆਰ ਤਾਂ ਹੀ ਰਹਿੰਦਾ, ਨਹੀਂ ਤਾਂ ਫਿਰ ਉਹ ਖੱਟ ਬਰਤ ਹੋਣੀ ਹੋਣੀ। ਅੱਜ ਨਹੀਂ ਮਹੀਨੇ ਨੂੰ ਵੇਖ ਲੈਣਗੇ, ਹੋਰ ਦੋਹਰੇ ਦਿਨਾਂ ਨੂੰ ਵੇਖ ਲੈਣਗੇ, ਜਦੋਂ ਅੱਜ ਬੱਚੇ ਵੱਡੇ ਹੋਣ ਨਾ ਉਹ ਬੱਚਿਆਂ ਦਾ ਖਾਣ ਪੀਣ ਤੋਂ ਫਿਰ ਜਿਸ ਤਰ੍ਹਾਂ ਛਾਪ ਹੋ ਜਾਂਦਾ। ਕਈ ਵਾਰੀ ਘਰਾਂ 'ਚ ਇਵੇਂ ਸਾਡੇ ਵੀ ਘੱਟ ਸਨ, ਅਸੀਂ ਵੇਖਦੇ ਸਾਂ, ਲੇਕਿਨ ਹੁਣ ਮੈਂ ਤਾਂ ਇੱਕੋ ਸਲਾਹ ਦਿਆਂਗੀ, ਮਾਂ ਬਾਪ ਨੂੰ ਘਰ ਲੈ ਜਾਣ, ਉੱਥੇ ਰੋਜ਼ ਆ ਕੇ ਪਤਾ ਕਰ ਲੈਣ, ਪਰ ਹੁਣ ਉਹਨਾਂ ਦਾ ਘਰ ਹੈਗਾ, ਉਹਨਾਂ ਨੂੰ ਸੈਪਰੇਟ ਹੋ ਜਾਣਾ ਚਾਹੀਦਾ ਹੈ ਤੇ ਪਿਆਰ ਬਣਿਆ ਰਹੇਗਾ। ਠੀਕ ਹੈ ਆਂਟੀ ਜੀ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਹੋਰ ਵੀ ਦੇਖਦੇ ਹਾਂ, ਤੁਹਾਨੂੰ ਵੀ ਕੁਝ ਹੋਰ ਧਿਆਨ ਆਏ ਤੇ ਦੱਸਿਓ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੁਗਿੰਦਰ ਜੀ, ਦੱਸੋ ਕੀ ਕਹਿੰਦੇ ਹੋ। ਇਸ ਤਰ੍ਹਾਂ ਹੈਗਾ ਜੀ, ਜੇ ਇਕੱਠੇ ਹੈਗੇ ਨੇ ਤੇ ਉਸ ਵਰਗਾ ਤਾਂ ਸਵਰਗ ਨਹੀਂ ਹੈਗਾ, ਪਰ ਜੇ ਇਕੱਠੇ ਪੰਨ ਚ ਕੋਈ ਟੈਨਸ਼ਨ ਰਹਿੰਦੀ ਹੈ ਫਿਰ ਅਲੱਗ ਹੋ ਜਾਣਾ ਚਾਹੀਦਾ, ਤੇ ਬੈਟਰ ਆਪਣੇ ਫਾਦਰ ਸਾਹਿਬ ਨਾਲ ਉਹ ਗੱਲ ਕਰੇ ਤੇ ਪਾਪਾ ਜੀ ਤੁਸੀਂ ਤਾਂ ਬੜੀ ਇਮਦਾਦ ਉਹ ਕੀਤੀ ਤੇ ਹੁਣ ਮੇਰੇ ਬੱਚੇ ਜਿਹੜੇ ਨੇ ਉਹ ਵੱਡੇ ਹੋ ਗਏ ਨੇ ਤੇ ਸਾਨੂੰ ਅਲੱਗ ਆਪਣਾ ਘਰ ਚ ਜਾਣ ਦਿਓ। ਜੁਗਿੰਦਰ ਜੀ, ਉਹ ਬੱਚੇ ਵੀ ਕਹਿੰਦੇ ਨੇ ਆਪਸ 'ਚ ਬਹੁਤ ਬਿਲਕੁਲ ਕਜ਼ਨਸ ਵਾਕਣ ਨਹੀਂ ਕਰਦੇ, ਸਾਰੇ ਇੱਕ ਦੂਜੇ ਦਾ ਬੜਾ, ਇਹਨਾਂ ਦੇ ਸਭ ਤੋਂ ਛੋਟੇ ਨੇ, ਸੋ ਭਰਾਵਾਂ ਦੇ ਬੱਚੇ ਜਿਸ ਤਰ੍ਹਾਂ ਇਹਨਾਂ ਦਾ ਧਿਆਨ ਰੱਖਦੇ ਨੇ, ਬਿਲਕੁਲ ਕਦੀ ਅਲੱਗ ਨਹੀਂ ਲੱਗਿਆ ਕਿ ਕੌਣ ਕਿਹਦਾ ਬੱਚਾ ਹੈ। ਸੋ ਨਹੀਂ, ਆਈ ਡੂ ਐਗਰੀ ਵਿਦ ਯੂ ਕਿ ਕੀ ਹੁੰਦਾ ਜਿਸ ਤਰ੍ਹਾਂ ਉਹ ਵੱਡੇ ਹੋਣਗੇ ਨਾ ਉਹਨਾਂ ਨੂੰ ਹਾਲਾਤ ਦਾ ਪਤਾ ਉਹ ਚੱਲੇਗਾ, ਤੇ ਕਈ ਵਾਰੀ ਫਿਰ ਜੇ ਮਾਂ ਦੇ ਦਿਲ ਚ ਹੈ ਉਹ ਗੱਲ ਫਿਰ ਅੱਗੇ ਵੀ ਆਉਂਦੀ ਹੈ, ਬੱਚਿਆਂ ਚ ਇਹ ਗੱਲ ਨੀ ਵੀ ਆਉਂਦੀ ਨੀ, ਜੇ ਮਾਂ ਦੇ ਦਿਲ ਚ ਖੁੰਦ ਖਾਈ ਹੈ ਉਹ ਬੱਚਿਆਂ ਚ ਵੀ ਆਉਂਦੀ ਹੈ, ਤੇ ਚੰਗਾ ਇਹ ਹੈ ਟਾਈਮ ਸਿਰ ਆਪਣੇ ਫਾਦਰ ਨੂੰ ਇਹ ਕਹਿਣ ਬਈ ਮੇਰਾ ਜਿਹੜਾ ਅਲੱਗ ਉਹ ਘਰ ਹੈ ਬਈ ਮੈਂ ਉੱਥੇ ਜਾਣਾ ਚਾਹੁੰਦੀ ਹਾਂ ਤੇ ਮੈਂ ਇੰਡੀਪੈਂਡੈਂਟ ਹੋਣਾ ਚਾਹੁੰਦੀ ਹਾਂ। ਠੀਕ ਹੈ ਜੀ, ਬਹੁਤ ਵਧੀਆ। ਤੇ ਇੰਡੀਪੈਂਡੈਂਟ ਹੋ ਕੇ ਮਤਲਬ ਤੁਹਾਨੂੰ ਲੱਗਦਾ ਕਿ ਕੁਛ ਗੜਬੜ ਹੋਣ ਤੋਂ ਪਹਿਲੇ ਥੋੜਾ ਫਿਜ਼ੀਕਲ? ਹਾਂਜੀ, ਭਰਿਆ ਮੇਲਾ ਜਿਹੜਾ ਛੱਡਣਾ ਅੱਛਾ ਹੁੰਦਾ ਹੈ, ਜੇ ਬਾਹਰ ਚ ਉਹ ਪਤਲਾ ਪੁਤਲਾ ਪਈ ਜਾਂਦੀ ਫਿਰ ਕੋਈ ਫਾਇਦਾ ਨਹੀਂ, ਜਦੋਂ ਚੰਗਾ ਹੈਗਾ ਹੁਣ ਚਲੀ ਜਾਏ ਤਾਂ ਅੱਛੀ ਗੱਲ ਹੈ। ਬਹੁਤ ਵਧੀਆ, ਹੋਰ ਵੀ ਦੇਖਦੇ ਆ ਸਾਰੇ ਕੀ ਕਹਿੰਦੇ ਨੇ। ਤੁਸੀਂ ਵੀ ਆਪਣੇ ਫਾਦਰ ਸਾਹਿਬ ਨੂੰ ਲੈਣ ਕੰਫੀਡੈਂਸ ਚ ਸਾਰੀ ਗੱਲ ਉਹ ਦੱਸਣ, ਤੁਸੀਂ ਤਾਂ ਬੜੀ ਹੈਲਪ ਕੀਤੀ, ਫੈਮਿਲੀ ਚੰਗੀ ਹੈ ਤੇ ਮੈਂ ਇੱਥੇ ਉਹ ਬੜੀ ਸੁਖੀ ਹਾਂ, ਪਰ ਪ੍ਰੋਬਲਮ ਇਹ ਹੈਗੀ ਆ ਵੀ ਹੁਣ ਮੇਰੇ ਬੱਚੇ ਜਿਹੜੇ ਵੱਡੇ ਹੋ ਰਹੇ ਨੇ ਤੇ ਮੈਂ ਅਲੱਗ ਹੋਣਾ ਚਾਹੁੰਦੀ। ਪਰ ਉਹੀ ਵਾਲੀ ਗੱਲ ਜਿਸ ਤਰ੍ਹਾਂ ਪਹਿਲੇ ਵੀ ਆਇਆ ਨਾ ਕਿ ਬਜ਼ੁਰਗ ਮਾਪਿਓ ਹੈ ਕਾਫੀ ਜ਼ਿਆਦਾ, ਇਹੀ ਉਹਨਾਂ ਦੀ ਸੇਵਾ ਵੀ ਕਰ ਰਹੇ ਨੇ, ਸੋ ਉਹ ਮੁਸ਼ਕਿਲ ਨਹੀਂ ਹੋ ਜਾਏਗਾ ਅਗਰ ਵੱਖਰੇ 'ਚ, ਕਿਉਂਕਿ ਹੈ ਕਹਿੰਦੇ ਨੇ ਇੰਡੀਪੈਂਡੈਂਟ ਸੈਟਸ ਹੈ, ਇੱਕ ਵੱਡਾ ਹਿਊਜ ਘਰ ਹੈ। ਜਿਹੜਾ ਬੰਦਾ ਇਸ ਦੁਨੀਆਂ 'ਚ ਆਇਆ ਔਰ ਆਪ ਆਪੇ ਪਾਲਦਾ, ਇਹ ਚਿੜੀਆਂ ਹੈਗੀਆਂ, ਕਾਂ, ਕਬੂਤਰ, ਇਹਨਾਂ ਨੂੰ ਕੌਣ ਪਾਲਦਾ? ਜੀ ਜੀ ਜੀ, ਇਹ ਵਾਹਿਗੁਰੂ ਨੇ
ਸਾਰਿਆਂ ਦੇ ਜਿਹਦੇ ਉਹ ਮੂੰਹ ਲਾਇਆ ਉਹਦੇ ਵਾਸਤੇ ਉਹ ਰੋਟੀ ਵੀ ਦਿੰਦਾ ਐਸੀ ਕੋਈ ਗੱਲ ਨਹੀਂ ਉਹਨਾਂ ਦੀ ਵੀ ਸੇਵਾ ਹੋ ਜਾਏਗੀ ਤੇ ਜੇ ਨਹੀਂ ਬਣਦੀ ਦੇਖੋ ਜੇ ਤਾਂ ਪਿਆਰ ਹੈਗਾ ਆਪਸ ਚ ਫਿਰ ਤਾਂ ਅਲੱਗ ਹੋਣ ਚ ਕੋਈ ਫਾਇਦਾ ਨਹੀਂ ਹੁੰਦਾ ਜੇ ਕਿਤੇ ਨਾ ਕਿਤੇ ਖੁੰਦਕ ਹੋ ਗਈ ਨਾ ਤਾਂ ਅਲੱਗ ਹੋਣ ਚ ਹੀ ਫਾਇਦਾ ਹੁੰਦਾ ਫਿਰ ਟੈਨਸ਼ਨ ਹੋ ਰਹਿੰਦੀ ਹੈ ਫਾਇਦਾ ਕੀ ਹੈਗਾ ਜੀ 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 ਬਹੁਤ ਵਧੀਆ ਥੈਂਕ ਯੂ ਸੋ ਮਚ ਹੋਰ ਵੀ ਕੁਛ ਧਿਆਨ ਆਏ ਤਾਂ ਜ਼ਰੂਰ ਦੱਸਿਓ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਮੈਂ ਗੁਰਦੀਪ ਬੋਲਦਾ ਜੀ ਹਾਂਜੀ ਗੁਰਦੀਪ ਜੀ ਦੱਸੋ ਕੀ ਕਹਿੰਦੇ ਹੋ ਵੈਰੀ ਸਿੰਪਲ ਹਾਂਜੀ ਜਦੋਂ ਪਿਤਾ ਜੀ ਕੋਈ ਵੀ ਉਹਨਾਂ ਤੋਂ ਸਲਾਹ ਮੰਗਦੇ ਆ ਤੇ ਪਿਤਾ ਜੀ ਨੂੰ ਆਖਣ ਵੀ ਤੁਸੀਂ ਮੇਰੇ ਨਾਲ ਆਓ ਚਲੋ ਉਧਰੋਂ ਭਾਬੀ ਜੀ ਨੂੰ ਵੀ ਆਵਾਜ਼ ਮਾਰ ਲੈਣ ਤੇ ਜੇ ਭਾਬੀ ਜੀ ਨਹੀਂ ਅਵੇਲੇਬਲ ਉਸ ਟਾਈਮ ਤਾਂ ਪਿਤਾ ਜੀ ਨੂੰ ਥੋੜਾ ਜਿਹਾ ਟਾਲ ਦਿਓ ਚਲੋ ਆਪਾਂ ਕੱਲ ਨੂੰ ਕਰਦੇ ਆ ਜਾਂ ਉਹ ਸੁਣ ਲਓ ਪਰ ਜਦੋਂ ਭਾਬੀ ਜੀ ਬਿਲਕੁਲ ਪ੍ਰੈਜੈਂਟ ਹੁੰਦੇ ਆ ਉਧਰੋਂ ਪਿਤਾ ਜੀ ਨੂੰ ਵੀ ਬੁਲਾ ਲਓ ਹਾਂ ਪਿਤਾ ਜੀ ਤੁਸੀਂ ਪੁੱਛਦੇ ਸੀ ਕੋਈ ਗੱਲ ਵੀ ਭਾਬੀ ਜੀ ਨਾਲੋਂ ਜ਼ਿਆਦਾ ਵਧੀਆ ਸਾਨੂੰ ਕੌਣ ਸਲਾਹ ਦੇ ਸਕਦਾ ਹੈ ਭਾਬੀ ਦੇ ਸਾਹਮਣੇ ਲਫ਼ਜ਼ ਕਹੋ ਭਾਬੀ ਦੇ ਦਿਲ ਨੂੰ ਜਿੱਤੋ ਕਿਉਂਕਿ ਅੰਦਰੂਨੀ ਤੁਸੀਂ ਚਾਹੁੰਦੇ ਆ ਕਿ ਭਾਬੀ ਮੇਰੇ ਨਾਲ ਰਹੇ ਭਾਬੀ ਇਹ ਸੋਚੇ ਨਾ ਭਾਬੀ ਨੂੰ ਪ੍ਰੈਫਰੈਂਸ ਦੇਣੀ ਬਣਦੀ ਆ ਫਿਰ ਤੇ ਉਸ ਲਈ ਭਾਬੀ ਨੂੰ ਕਹੋ ਵੀ ਭਾਬੀ ਤਾਂ ਸਾਡੇ ਨਾਲ ਪਤਾ ਨੀ ਛੋਟੇ ਆ ਜਾਂ ਵੱਡੇ ਵੀ ਜੇ ਬੜੇ ਆ ਤਾਂ ਇਹ ਸਾਡੇ ਨਾਲ ਵੱਡੇ ਆ ਇਹਨਾਂ ਨੂੰ ਐਕਸਪੀਰੀਅੰਸ ਜ਼ਿਆਦਾ ਹੈ ਪਿਤਾ ਜੀ ਆਪਾਂ ਬੈਠ ਕੇ ਇੱਥੇ ਸਲਾਹ ਕਰਦੇ ਹਾਂ ਮੈਨੂੰ ਵੀ ਭਾਬੀ ਦੀ ਸਲਾਹ ਜ਼ਿਆਦਾ ਚੰਗੀ ਲੱਗਦੀ ਹੈ ਪਿਤਾ ਜੀ ਮੈਂ ਕਈ ਵਾਰੀ ਗਲਤ ਵੀ ਤੁਹਾਨੂੰ ਗਾਈਡ ਕਰ ਦਿੰਦੀ ਹਾਂ ਤੁਸੀਂ ਭਾਬੀ ਨੂੰ ਪੁੱਛਿਆ ਕਰੋ ਜ਼ਿਆਦਾ ਇਹੋ ਜਿਹਾ ਕੁਛ ਕਰਨ ਨਾ ਤੇ ਬਹੁਤ ਵਧੀਆ ਹੋ ਜਾਏਗਾ ਜਲਦੀ ਹੋ ਜਾਏਗਾ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਬਹੁਤ ਅੱਛਾ ਲੱਗਦਾ ਹੈ ਸਾਰਿਆਂ ਦੀਆਂ ਡਿਫਰੈਂਟ ਸਲਾਹਾਂ ਜਿਸ ਤਰ੍ਹਾਂ ਸਾਰੇ ਸੋਚ ਰਹੇ ਨੇ ਕਿਉਂਕਿ ਯੂ ਨੋ ਇੱਕ ਮੇਲ ਪਰਸਪੈਕਟਿਵ ਵਿਮੈਨ ਪਰਸਪੈਕਟਿਵ ਕਿਉਂਕਿ ਇਸ ਵੇਲੇ ਦੋ ਜਨਾਨੀਆਂ ਦੀ ਆਪਸ ਵਿੱਚ ਹੋ ਰਹੀ ਹੈ ਕਿ ਭਾਵੇਂ ਜ਼ਾਹਿਰਾ ਤੌਰ 'ਤੇ ਕਿਸੇ ਨੂੰ ਪਤਾ ਵੀ ਨਾ ਹੋਏ ਕਿ ਕੋਈ ਟੈਨਸ਼ਨ ਹੈ ਪਰ ਅੰਦਰੋਂ ਇਹਨਾਂ ਦੋਨਾਂ ਨੂੰ ਪਤਾ ਹੈ ਕਿ ਥੋੜ੍ਹੀ ਜਿਹੀ ਟੈਨਸ਼ਨ ਹੈਗੀ ਹੈ ਸੋ ਉਹ ਕਿਸ ਤਰ੍ਹਾਂ ਕੱਢਣੀ ਹੈ ਕੀ ਕਰਨਾ ਹੈ ਜ਼ਰੂਰ ਯੂ ਨੋ ਜ਼ਿਆਦਾ ਤੋਂ ਜ਼ਿਆਦਾ ਕਾਲਸ ਕਰਕੇ ਆਪਣਾ ਵਿਊ ਪੁਆਇੰਟ ਦਿਓ ਬਿਕੋਜ਼ ਵਾਕਈ ਅੱਜ ਕੱਲ੍ਹ ਦੇ ਜ਼ਮਾਨੇ 'ਚ ਇੱਕ ਹਿਊਜ ਇਕੱਠੇ ਰਹਿਣਾ ਸਾਰੇ ਬੱਚਿਆਂ ਤੱਕ 3 generations ਇਕੱਠੇ ਰਹਿਣਾ ਬੜਾ ਯੂ ਨੋ ਇਟਸ ਅ ਗੁੱਡ ਥਿੰਗ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਜਿਸ ਤਰ੍ਹਾਂ ਕਹਿੰਦੇ ਕਿ ਬਿਲਕੁਲ ਅਗਰ ਬਣਦੀ ਹੋਏ ਤਾਂ ਸਵਰਗ ਹੈ ਪਰ ਓਵਰਆਲ ਬਣ ਵੀ ਰਹੀ ਹੈ ਸੋ ਜ਼ਰੂਰ ਦੱਸੋ ਕਿ ਕੀ ਕਹਿੰਦੇ ਹੋ ਤੁਸੀਂ ਲੈਟ ਮੀ ਟੇਕ ਅਨਦਰ ਕਾਲ ਐਂਡ ਦੈਨ ਦੇਖਦੇ ਹਾਂ ਫਿਰ ਹੋਰ ਕੀ ਕਹਿ ਰਹੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੇਰਾ ਨਾਮ ਬਲਵਿੰਦਰ ਹੈ ਮੈਂ ਇੱਥੇ ਹੱਲੇ ਰਹਿੰਦੀ ਹਾਂ ਤੁਹਾਡੇ ਨਾਲ ਮੈਂ ਸ਼ੋ ਐਵਰੀ ਵੀਕ ਦੇਖਦੀ ਹਾਂ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ ਥੈਂਕ ਯੂ ਸੋ ਮਚ ਬੜੀਆਂ ਪਿਆਰੀਆਂ ਲੱਗਦੀਆਂ ਬਟ ਮੈਂ ਕਾਲ ਨਹੀਂ ਕਦੀ ਕੀਤੀ ਅੱਛਾ ਮੈਂ ਬਹੁਤ ਧਿਆਨ ਨਾਲ ਸੁਣਦੀ ਗੱਲ ਹਾਂਜੀ ਥੈਂਕ ਯੂ ਸੋ ਮਚ ਅੱਜ ਕੀ ਕਹੋਗੇ ਅੱਜ ਮੈਂ ਇਹੀ ਕਹੂੰਗੀ ਵੀ ਲੌਂਗ ਰਨ 'ਚ ਨਾ ਕੱਲ ਨੂੰ ਅੱਜ ਮਾਂ ਪਿਓ ਹੈਗੇ ਕੱਲ ਨੂੰ ਉਹਦੇ ਮਾਂ ਪਿਓ ਨੂੰ ਕੋਈ ਗੱਲ ਹੋ ਜਾਂਦੀ ਆ ਹਾਂਜੀ ਭਜਾਈ ਦੇ ਵਿੱਚ ਦਿਲ 'ਚ ਨਾ ਕੋਈ ਹੋਵੇ ਕਿ ਬਾਅਦ 'ਚ ਫਿਰ ਉਹਨੂੰ ਉਲਾਂਭੇ ਦੇਵੇ ਸਾਰੇ ਇਹੀ ਸੋਚਦੇ ਆ ਹੁਣ ਤਾਂ ਵੀ ਉਹ ਕੁੜੀ ਨੂੰ ਸੈਪਰੇਟ ਰਹਿਣਾ ਚਾਹੀਦਾ ਪਰ ਰੋਜ਼ ਆਪਣੇ ਪੇਰੈਂਟਸ ਨੂੰ ਮਿਲ ਜਾਇਆ ਕਰੇ ਆ ਕੇ ਅੱਛਾ ਜੀ ਜੌਬ ਜੌਬ ਤੱਕ ਤੁਸੀਂ ਮੇਰਾ ਫੋਨ ਨੰਬਰ ਤੇ ਮੈਨੂੰ ਸੈਪਰੇਟ ਕਾਲ ਕਰ ਸਕਦੇ ਕਿਸੇ ਵੇਲੇ ਮੈਂ ਤੁਹਾਨੂੰ ਕੁਝ ਆਪਣੇ ਬਾਰੇ ਵਿਸ਼ਾ ਵੀ ਦੱਸਣਾ ਸੀ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਠੀਕ ਹੈ ਜੀ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਹੁਣ ਹਾਂਜੀ ਹਾਂਜੀ ਆ ਗਿਆ ਓਕੇ ਜੀ ਥੈਂਕ ਯੂ ਸੋ ਮਚ ਹਾਂਜੀ ਸੋ ਯੂ ਨੋ ਉਹੀ ਸਾਰੇ ਕਿ ਹਾਂ ਸੈਪਰੇਟ ਹੋ ਜਾਣਾ ਬੇਟਾ ਉਹੀ ਕਹਿੰਦੇ ਆ ਨਾ ਸੁਭਾਵਿਕ ਹੈ ਕਿ ਸੋਸ਼ਲ ਸਾਨੂੰ ਇੱਕ ਦਿਮਾਗ ਦੇ ਵਿੱਚ ਇੱਕ ਪੈਟਰਨ ਜਿਹਾ ਇਸਟੈਬਲਿਸ਼ ਹੋਇਆ ਹੋਇਆ ਕਿ ਕੋਈ ਨਹੀਂ ਕਹਿ ਰਿਹਾ ਕਿ ਮੁੰਡਿਆਂ ਨੇ ਘਰ ਸੈਪਰੇਟ ਕਰਨਾ ਕੁੜੀ ਜ਼ਰੂਰ ਇਹ ਘੱਟ ਹੀ ਫੈਮਲੀਜ਼ ਦੇਖੀਆਂ ਵੀ ਕੁੜੀ ਵੀ ਉਹਦੇ ਬੱਚੇ ਵੀ ਸਾਰੇ ਇਕੱਠੇ ਪਲ ਰਹੇ ਹੋਣ ਪਰ ਉਹ ਕਿਉਂਕਿ ਹਸਬੈਂਡ ਨਹੀਂ ਸੀਗੇ ਫਾਦਰ ਅਤੇ ਭਰਾਵਾਂ ਨੇ ਬਾਂਹ ਫੜਾਈ ਲਾਈਕ ਪੂਰਾ ਸਪੋਰਟ ਕੀਤਾ ਐਂਡ ਜਿਸ ਤਰ੍ਹਾਂ ਨਾਲ ਐਕਸਪਲੇਨ ਕਰ ਰਹੇ ਨੇ ਘਰ ਵੀ ਛੋਟਾ ਨਹੀਂ ਹੈ ਇਟਸ ਅ ਹਿਊਜ ਹਾਊਸ ਔਰ ਸਭ ਦੀ ਸੈਪਰੇਟ ਐਂਟਰੈਂਸ ਹੈ ਸਭ ਦਾ ਸੈਪਰੇਟ ਯੂ ਨੋ ਯੂਨਿਟ ਹੈ ਕਹਿਣ ਨੂੰ ਇਕੱਠੇ ਵੀ ਨੇ ਅਤੇ ਅਲੱਗ ਵੀ ਨੇ ਸੋ ਅਲੱਗ ਹੋਣ ਦਾ ਮੈਨੂੰ ਇੰਨਾ ਸਮਝ ਨਹੀਂ ਆਉਂਦਾ ਪਰ ਸ਼ਾਇਦ ਇਸ ਪਿੱਛੇ ਕਿਉਂਕਿ ਮੈਂ ਉਹਨਾਂ ਦੀ ਗੱਲ ਸੁਣੀ ਉਹਨਾਂ ਨੇ ਮੈਨੂੰ ਘਰ ਐਕਸਪਲੇਨ ਕੀਤਾ ਅਤੇ ਸਾਰਿਆਂ ਨੂੰ ਇਹ ਲੱਗ ਰਿਹਾ ਕਿ ਉਹ ਘਰ ਵੱਖਰੇ ਨੇੜੇ ਹੀ ਜਿਹੜਾ ਕਿਰਾਏ 'ਤੇ ਘਰ ਹੈ ਉਹ ਇਹਨਾਂ ਦੀ ਇਨਕਮ ਆ ਰਹੀ ਹੈ ਉਸ ਨੂੰ ਛੱਡ ਕੇ ਆਪਣਾ ਇਸ ਸੈਪਰੇਟ ਯੂਨਿਟ ਛੱਡ ਕੇ ਦੂਸਰੇ ਘਰ ਚਲੇ ਜਾਣਗੇ ਕਿੰਨਾ ਕੁ ਫਾਇਦਾ ਹੋਏਗਾ ਕਿਉਂਕਿ ਉੱਨੀ ਕੁ ਅਸੀਂ
ਅਸੀਂ ਇਹ ਵੀ ਕਹਿ ਰਹੇ ਹਾਂ ਕਿ ਕਿਉਂਕਿ ਇਹ ਜੌਬ ਵੀ ਕਰਦੇ ਨੇ ਰੋਜ਼ ਆਉਣ ਵੀ ਮਾਂ ਪਿਓ ਨੂੰ ਮਿਲਣ ਨੂੰ, ਤਾਂ ਫਿਰ ਉਹ ਕਿੰਨਾ ਕੁ ਫਰਕ ਪਏਗਾ? ਕਿਉਂਕਿ ਓਵਰਆਲ ਤੁਸੀਂ ਇੱਥੇ ਵੀ ਹੋ ਬਟ ਸੌਣ ਜਾਣਾ ਹੈ ਤੁਸੀਂ ਥੋੜ੍ਹੇ ਦੇਰ ਦੂਰ, ਸੋ ਪਲੀਜ਼ ਦੁਬਾਰਾ ਸੋਚ ਕੇ ਜ਼ਰੂਰ ਕਾਲ ਕਰੋ। ਐਂਡ ਹੋਰ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਕਈ ਵਾਰੀ ਹਰ ਵਾਰੀ ਸ਼ਾਇਦ ਜਿਵੇਂ ਮੈਂ ਪਹਿਲੇ ਕਿਹਾ ਕਿ ਬੜੇ ਸਾਰੇ ਉਹ ਬੰਦੇ ਰਿਲੇਟ ਕਰਨਗੇ ਜਿਨ੍ਹਾਂ ਦੀ ਕਿ ਇੱਕੋ ਜਗ੍ਹਾ 'ਤੇ ਰਹਿ ਕੇ ਕੋਈ 'ਚ ਕੋਲ ਟੈਨਸ਼ਨ ਹੋ ਸਕਦੀ, ਦਰਾਣੀ ਜਠਾਣੀ ਹੋ ਸਕਦੀਆਂ, ਭੈਣਾਂ ਹੋ ਸਕਦੀਆਂ, ਕੋਈ ਵੀ ਹੋ ਸਕਦੀ, ਕਿਸੇ ਉਮਰ ਦੇ ਵਿੱਚ ਵੀ ਹੋ ਸਕਦਾ ਕਿ ਰੀਜ਼ਨ ਕੋਈ ਵੀ ਹੋਏ ਤੁਹਾਡੇ ਕੋਈ ਥੋੜ੍ਹੀ ਜਿਹੀ ਫ੍ਰਿਕਸ਼ਨ, ਥੋੜ੍ਹਾ ਜਿਹਾ ਯੂਨੋ ਬੇਸਿਕ ਜਿਹੜੀਆਂ ਹਿਊਮਨ ਇੰਸਟਿੰਕਟਸ ਹੈ ਉਹ ਹਾਵੀ ਕਰ ਜਾਂਦੀਆਂ, ਅਤੇ ਉਹਦੇ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ? ਹਰ ਵਾਰੀ ਜ਼ਰੂਰੀ ਨਹੀਂ ਹੈ ਕਿ ਸਾਨੂੰ ਇਹ ਮੌਕਾ ਮਿਲੇ ਕਿ ਅਸੀਂ ਫਿਜ਼ੀਕਲੀ ਦੂਰ ਚਲੇ ਜਾਈਏ, ਜਿਵੇਂ ਤੁਸੀਂ ਹੁਣ ਤਾਂ ਤੁਹਾਨੂੰ ਪਤਾ ਹੈ ਕਿ ਘਰ ਹੈਗਾ ਤਾਂ ਫਿਜ਼ੀਕਲੀ ਦੂਰ ਜਾ ਸਕਦੇ ਹਾਂ, ਬਟ ਦੈਟਸ ਨੋਟ ਆਲਵੇਜ਼ ਦਾ ਆਪਸ਼ਨ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਇੱਕ ਲੇਡੀ ਨਾਲ ਜਿਨ੍ਹਾਂ ਦੇ ਦੋ ਬੱਚੇ ਹੈ, ਦੋ ਮੁੰਡੇ ਹੈ, ਪੇਕਿਆਂ ਦੇ ਕੋਲ, ਮਤਲਬ ਫਾਦਰਸ ਹਾਊਸ ਸ਼ੀ ਇਜ਼ ਲਿਵਿੰਗ ਇਨ। ਦੋ ਬ੍ਰਦਰਸ ਹੈ, ਬਹੁਤ ਅੱਛੀ ਫੈਮਿਲੀ ਹੈ, ਇੱਕ ਦੂਜੇ ਨਾਲ ਬੜਾ ਪਿਆਰ ਹੈ। ਥੋੜ੍ਹੀ ਜਿਹੀ ਟੈਨਸ਼ਨ ਵੱਡੀ ਭਰਜਾਈ ਨਾਲ, ਕਹਿੰਦੇ ਨੇ ਉਹ ਵੱਡੇ ਵੀ ਨੇ, 7-8 ਸਾਲ ਵੱਡੇ ਨੇ ਉਹ ਇਹਨਾਂ ਤੋਂ, ਔਰ ਥੋੜ੍ਹਾ ਜਿਹਾ ਇਹ ਵੀ ਹੁਣੇ ਬ੍ਰੇਕ ਦੇ ਵਿੱਚ ਫਿਰ ਗੱਲ ਹੋਈ ਹੈ ਉਹਨਾਂ ਨਾਲ। ਐਂਡ ਉਹ ਇਹ ਕਹਿ ਰਹੇ ਨੇ ਕਿ ਓਵਰਆਲ ਬਹੁਤ ਵਧੀਆ, ਆਈ ਡੋਂਟ ਥਿੰਕ ਕਿ ਅਸੀਂ ਉਹ ਵੀ ਚਾਹਣਗੇ ਕਿ ਮੈਂ ਨਿਕਲ ਜਾਂ ਇੱਥੋਂ, ਕਿਉਂਕਿ ਬਹੁਤ ਹੈਲਪ ਹੈ ਇੱਕ ਦੂਜੇ ਦੀ ਇਹਨਾਂ ਸਾਰਿਆਂ ਨੂੰ, ਕਿਉਂਕਿ ਦੋਨੋਂ ਏਜਡ ਪੇਰੈਂਟਸ ਹੈ। ਸੋ ਭਰਜਾਈ ਨੂੰ ਵੀ ਇਹਨਾਂ ਦੀ ਕਾਫੀ ਹੈਲਪ ਹੈ, ਨਹੀਂ ਤਾਂ ਸਾਰਾ ਜਿੰਨਾ ਮਰਜ਼ੀ ਤੁਸੀਂ ਆ ਕੇ ਮਿਲ ਜਾਓਗੇ, ਕਪਲ ਆਫ ਆਵਰਸ ਆ ਜਾਓਗੇ, ਪਰ ਸਵੇਰੇ ਸ਼ਾਮ ਯੂਨੋ ਰਾਤ ਨੂੰ ਸਾਰਾ ਕੁਛ ਜੋ ਹੈ ਉਹ ਕਾਫੀ ਇੱਕ ਦੂਜੇ ਦੀ ਹੈਲਪ ਹੈ ਇਹਨਾਂ ਦੀ, ਇੱਕ ਤਸੱਲੀ ਵੀ ਕਿ ਹਾਂ ਯੂਨੋ ਓਲਡ ਹੋ ਰਹੇ ਨੇ। ਖਾਸ ਤੌਰ 'ਤੇ ਕਹਿੰਦੇ ਨੇ ਕਿ ਮੇਰੇ ਮੰਮਾ ਮੇਰੇ ਤੋਂ ਹੀ ਜੋ ਕਰਾਉਂਦੇ ਨੇ ਮੇਰੇ ਤੋਂ ਹੀ ਕਰਾਉਂਦੇ ਨੇ, ਸਾਡੇ ਕੋਲ ਹੈਲਪ ਹੈ, ਵੈਸੇ ਉੱਪਰਲੀ ਹੈਲਪ ਹੈ, ਪਰ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਮੈਂ ਹੀ ਸਭ ਕੁਛ ਕਰਾਂ। ਸੋ ਕਹਿੰਦੇ ਨੇ ਮੈਨੂੰ ਜ਼ਿਆਦਾ ਆਪਸ਼ਨ ਉਹ ਨਹੀਂ ਲੱਗ ਰਹੀ ਜਦ ਤੱਕ ਫਾਦਰ ਜਾਂ ਮਦਰ ਕੋਈ ਐਸੀ ਉਹ ਆਪਸ਼ਨ ਨਹੀਂ ਹੈ, ਕਿਉਂਕਿ ਨਾ ਉਹ ਚਾਹਣਗੇ ਨਾ ਮੈਂ ਚਾਹੁੰਦੀ ਹਾਂ। ਸੋ ਸੋਰੀ, ਜਿਨ੍ਹਾਂ ਨੇ ਵੀ ਪਹਿਲੇ ਕਾਲ ਕੀਤੀ ਉਹ ਪਲੀਜ਼ ਦੁਬਾਰਾ ਕਾਲ ਕਰ ਸਕਦੇ ਹੋ ਕੋਈ ਹੋਰ ਸੁਜੈਸ਼ਨ ਨਾਲ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਉਹ ਆਪਸ਼ਨ ਨਹੀਂ ਹੋ ਸਕਦੀ। ਐਂਡ ਨਾ ਹੀ ਕੋਈ ਕਹਿੰਦੇ ਨੇ ਕਿ ਭਰਜਾਈ ਨੂੰ ਠੀਕ ਲੱਗੇਗਾ ਇਹ, ਕਿਉਂਕਿ ਉਹਨਾਂ ਨੂੰ ਕਾਫੀ ਇਸ ਵੇਲੇ ਕਾਫੀ ਮਦਰ ਜਿਹੜੇ ਹੈ ਉਹ ਆਪਣੇ ਆਪ 'ਤੇ ਜ਼ਿਆਦਾ ਨਹੀਂ ਹੈ, ਉੱਠਦੇ ਬੈਠਦੇ ਨੇ, ਜਾਂਦੇ ਨੇ ਆਪਣੇ ਆਪ, ਪਰ ਫਿਰ ਵੀ ਉਹਨਾਂ ਨੂੰ ਕਾਫੀ ਹੱਦ ਤੱਕ ਸਪੋਰਟ ਕਰਨੀ ਪੈਂਦੀ ਹੈ, ਜਿਹੜੀ ਕਿ ਇਹਨਾਂ ਦੀ ਬੜੀ ਸਪੋਰਟ ਹੈ ਉਸ ਚੀਜ਼ ਨਾਲ। ਹੋਰ ਵੀ ਬੜੇ ਰੀਜ਼ਨਸ ਹੈ, ਕਹਿੰਦੇ ਨੇ ਕਿ ਅਸੀਂ ਇਕੱਠੇ ਭੈਣ ਭਰਾ ਸਾਰਾ ਕੁਛ, ਬੱਚੇ ਆਪਸ ਵਿੱਚ ਇੱਕ ਦੂਜੇ ਦੀ ਬੜੀ ਸਪੋਰਟ ਨੇ, ਸੋ ਅਲੱਗ ਹੋਣ ਦੀ ਗੱਲ ਨਹੀਂ ਹੈ, ਪਰ ਓਵਰਆਲ ਮੈਂ ਕਿਸ ਤਰ੍ਹਾਂ, ਕੀ ਮੈਨੂੰ ਗੱਲ ਕਰਨੀ ਚਾਹੀਦੀ ਹੈ ਭਰਜਾਈ ਨਾਲ ਜਾਂ ਮੈਂ ਇਗਨੋਰ ਕਰਦਾ? ਔਰ ਇਹਨਾਂ ਦਾ ਇੱਕ ਹੋਰ ਵੀ ਕਹਿਣਾ ਹੈ ਜਿਹੜਾ ਹੁਣੇ ਗੱਲ ਕਰ ਰਹੇ ਨੇ, ਕਹਿੰਦੇ ਨੇ ਕਿ ਓਵਰਆਲ ਹਮੇਸ਼ਾ ਤੋਂ ਸੀ ਪਰ ਫਿਰ ਵੀ ਸਾਨੂੰ, ਅਸੀਂ ਸਭ ਕੁਛ ਕੰਮ ਇਕੱਠੇ ਕਰਦੇ ਸੀ, ਹੁਣ ਥੋੜ੍ਹੇ ਸਾਲਾਂ ਤੋਂ ਵੈਸੇ ਹੀ ਭਰਜਾਈ ਜ਼ਿਆਦਾ ਖਿਜੇ ਖਿਜੇ ਰਹਿੰਦੇ ਨੇ। ਹੋ ਸਕਦਾ ਉਹਨਾਂ ਦੇ ਆਪਣੇ ਮਨ ਦੇ ਵਿੱਚ ਕੁਛ ਹੋਰ, ਨਾ ਕਿ ਮੈਨੂੰ ਲੱਗਦਾ ਮੇਰੇ ਕਰਕੇ ਹੈ, ਪਰ ਹੋ ਸਕਦਾ ਹੋਰ ਵੀ ਕੋਈ ਟੈਨਸ਼ਨ ਹੋਏ ਜਿਹੜੀ ਕਿ ਇਸ ਤਰ੍ਹਾਂ ਨਾਲ ਬਾਹਰ ਆ ਰਹੀ ਹੈ। ਸੋ ਪਰ ਮੈਂ ਇਸ ਚੀਜ਼ ਨੂੰ ਕਾਮ ਡਾਊਨ ਕਰਨ ਵਾਸਤੇ ਕੀ ਕਰਾਂ? ਆਪਣੇ ਫਾਦਰ ਸਾਹਿਬ ਨੂੰ ਮੈਂ ਕਹਿ ਚੁੱਕੀ ਹਾਂ, ਉਹ ਨਹੀਂ ਸੁਣਦੇ ਕਿ ਬਈ ਮੈਨੂੰ ਘੱਟ ਪੁੱਛਿਆ ਕਰੋ ਐਂਡ ਆਲ ਦੈਟ। ਫਿਰ ਗੁਰਦੀਪ ਜੀ ਦੀ ਗੱਲ ਹੈਗੀ ਕਿ ਹਾਂ ਤੁਸੀਂ ਯੂਨੋ ਜ਼ਾਹਰਾ ਤੌਰ 'ਤੇ ਪਬਲਿਕਲੀ ਭਰਜਾਈ ਦੀ ਜ਼ਿਆਦਾ ਤਾਰੀਫ ਕਰੋ, ਵਿਚ ਇਜ਼ ਅ ਗੁੱਡ ਟਿਪ। ਹੋਰ ਕੀ ਕਹਿੰਦੇ ਹੋ ਜ਼ਰੂਰ ਦੱਸੋ, ਮੈਂ ਇਹਨਾਂ ਨੂੰ ਪੁੱਛਦੀ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ, ਦੱਸੋ। ਪਹਿਲਾਂ ਇਹ ਦੱਸੋ ਜਿਹੜੀ ਉਹ ਬੇਬੀ ਨੇ, ਲੇਡੀ ਨੇ ਗੱਲ ਕੀਤੀ ਆ, ਉਹਦੇ ਆਪਣੇ ਇਨਲਾਜ਼ ਵਿੱਚੋਂ ਹੈ ਨਹੀਂ ਉਹਦੇ ਇਨਲਾਜ਼ ਵਗੈਰਾ? ਨਹੀਂ, ਬੜੇ ਸਾਲ ਹੋ ਗਏ ਕਹਿ ਰਹੇ ਹੈ, 14 ਸਾਲ ਹੋ ਗਏ, ਉਹਨਾਂ ਨੇ ਜ਼ਿਆਦਾ ਰੱਖੀ ਨਹੀਂ, ਬਸ ਦੂਰੋਂ ਦੂਰੋਂ ਹੈਗੀ ਹੈ, ਬਾਕੀ ਸਪੋਰਟ ਫਿਜ਼ੀਕਲ ਫਾਈਨੈਂਸ਼ੀਅਲ। ਹਾਂਜੀ, ਚਲੋ ਠੀਕ, ਥੋੜਾ ਆਈਡੀਆ ਮਿਲ ਗਿਆ ਜੀ। ਜੀ, ਮੈਂ ਤੁਹਾਨੂੰ ਫਾਈਨਲੀ ਫੈਸਲਾ ਸੁਣਾ ਦੇਣਾ, ਇਹਨੂੰ ਵਿੱਚ ਰਹਿਣਾ ਨਹੀਂ ਚਾਹੀਦਾ। ਅੱਛਾ ਜੀ। ਉਹ ਇਹ ਆ ਕਿ ਇਹ ਬਿਲਕੁਲ ਸਟੋਰੀ ਮੇਰੀ ਆਪਣੀ ਆ ਜੋ ਮੈਂ ਸੁਣ ਰਿਹਾ ਸੀਗਾ। ਅਸੀਂ ਵੀ ਦੋ ਤਿੰਨ ਭੈਣ ਭਰਾ ਸੀਗੇ, ਤੇ ਮੇਰੇ ਜਿਹੜੇ ਫਾਦਰ ਸੀ ਅਫਰੀਕਾ ਚਲੇ ਗਏ, ਐਕਸਪਾਇਰ ਹੋ ਗਏ,
ਅਸੀਂ ਛੋਟੀ ਉਮਰ ਸਾਡੀ ਸੀ 5-5, 4-4 ਸਾਲ ਤੋਂ ਘੱਟ ਘੱਟ ਸੀ, ਇਸ ਨਾਨਕੇ ਪਿੰਡ ਹੀ ਭਲੇ ਆ। ਮੇਰੇ ਵੀ 4 ਮਾਮੇ ਸੀਗੇ, ਉਹ ਜਿਵੇਂ ਜਿਵੇਂ ਅਸੀਂ ਵੱਡੇ ਹੋਈ ਗਏ ਤਿਵੇਂ ਤਿਵੇਂ ਇੱਕ ਵੱਡੇ ਮਾਮੇ ਨੂੰ ਮਾਮੀ ਨੂੰ ਪ੍ਰੋਬਲਮ ਹੋ ਗਈ ਸਾਡੀ, ਉਹਨਾਂ ਨੂੰ ਡਾਊਟ ਹੋ ਗਿਆ ਵੀ ਸ਼ਾਇਦ ਨਾਨਾ ਨਾਨੀ ਸਾਡੇ ਇਹਨਾਂ ਨੂੰ ਆਪਣਾ ਸਭ ਕੁਛ ਦੇ ਨਾ ਜਾਣ ਕਿਤੇ, ਪਿੱਛੇ ਪਿੱਛੇ ਕੁੜਨ ਲੱਗ ਪਿਆ ਕੁੜਨ ਲੱਗ ਪਿਆ। ਖੈਰ ਚਲੋ ਨਾਨਾ ਨਾਨੀ ਸਾਡੇ ਸੀਗੇ, ਅਸੀਂ ਨਾਲ ਨਿਭਾਈ ਉਹਨਾਂ ਦੇ ਕੰਮ ਕਾਰ ਕਰਦੇ, ਜ਼ਿਮੀਦਾਰਾ ਸੀਗਾ। ਅਖੀਰੀ ਫਿਰ ਅਸੀਂ ਜਦ ਥੋੜਾ ਜਿਹਾ ਆਪਣੇ ਪੈਰੀ ਮੈਂ ਹੋ ਗਿਆ ਤੇ ਫਿਰ ਅਸੀਂ ਮੁਨਾਸਬ ਸਮਝਿਆ ਵੀ ਆਪਣਾ ਘਰ ਲੈਣਾ ਚਾਹੀਦਾ। ਸੋ ਇਸ ਤਰ੍ਹਾਂ ਇਸ ਲੇਡੀ ਨੂੰ ਵੀ ਚਾਹੀਦਾ ਨੇਗਾ ਵੀ ਮਤਲਬ ਵਿਗਾੜ ਕੇ ਨਿਕਲੇ ਵਿੱਚੋਂ ਨਾ, ਇਹ ਸੁਲਾ ਸਫਾਈ ਨਾਲ ਵੱਖਰੀ ਹੋ ਜਾਏ। ਅਸਲ ਹੱਕ ਤਾਂ ਇਹ ਨੌਵਾਂ ਪੁੱਤਾਂ ਦਾ ਬਣਦਾ, ਉਹਦਾ ਮਾਪੇ ਨੂੰ ਸਾਂਭਣ ਦਾ, ਧੀਆਂ ਦਾ ਤਾਂ ਚਲੋ ਜੋ ਹੁੰਦਾ ਹੀ ਆ ਰੋਲ ਹੁੰਦਾ ਹੀ ਆ, ਪਰ ਹੱਕ ਉਹਨਾਂ ਦਾ ਬਣਦਾ। ਉਹਨੂੰ ਇਹ ਭਰਜਾਈ ਨੂੰ ਹੋ ਸਕਦਾ ਹੈ ਵੀ ਕੱਲ੍ਹ ਨੂੰ ਲੋਕ ਕਹਿਣਗੇ ਲਓ ਜੀ ਧੀ ਨਹੀਂ ਸਾਂਭਿਆ, ਨਾ ਤੁਸੀਂ ਨਹੀਂ ਸਾਂਭਿਆ, ਨਾ ਜੇ ਕੀਤਾ ਵੋ, ਤੇ ਇਸ ਤਰ੍ਹਾਂ ਇੰਨਾ ਹੁੰਦਾ ਹੀ ਆ। ਸਵਾਏ ਗੱਲਾਂ ਸੁਣਨ ਤੋਂ ਜੇ ਆਪਣਾ ਵੱਖਰਾ ਰਹਿਣ ਲੱਗ ਪਵੇ ਤੇ ਉਹ ਹੀ ਇਹਦੇ ਲਈ ਬੈਟਰ ਆ, ਇਹਨੂੰ ਵਿੱਚ ਰਹਿਣਾ ਨਹੀਂ ਚਾਹੀਦਾ। ਠੀਕ ਨਹੀਂ, ਜਿੰਨਾ ਚਿਰ ਨਿਭ ਗਈ ਸੋਹਣੀ ਨਿਭ ਗਈ, ਅਜੇ ਤੱਕ ਬਹੁਤ ਉਮਰ ਕੱਢੀ ਨਾਨਕੇ ਘਰ ਵਿੱਚ, ਤੇ ਚਲੋ ਇਹਨਾਂ ਦੀ ਜਲਦੀ ਹੋ ਗਈ, ਚਲੋ ਗੱਲ ਵੱਖਰੀ ਆ। ਇਸ ਕਰਕੇ ਰਾਏ ਇਹੀ ਹੈ ਮੇਰੀ ਕਿ ਇਹਨਾਂ ਨੂੰ। ਸੁਗਿਆਨ ਸਿੰਘ ਜੀ, ਤੁਹਾਡਾ ਕਹਿਣਾ ਹੈ ਕਿ ਮਾਪਿਓ ਦੇ ਹੁੰਦੇ ਹੁੰਦੇ ਅਲੱਗ ਹੋ ਜਾਣ? ਹਾਂ, ਹੁੰਦੇ ਹੁੰਦੇ ਹੋਣਾ ਚਾਹੀਦਾ। ਮਾਪੇ ਮਾਪੇ ਤੇ ਮਾਪੇ ਤਾਂ ਉਹ ਜਿਹੜੇ ਉਹਦੇ ਨੌਂ ਪੁੱਤ ਹੈਗੇ ਆ, ਅਸਲ ਹੱਕ ਤਾਂ ਉਹਨਾਂ ਦਾ ਮਾਪੇ ਨੂੰ ਸਾਂਭਣ ਦਾ। ਜੇ ਉਹਦੇ ਹਾਂ ਉਹਦੇ ਨੌਂ ਪੁੱਤ ਨਾ ਹੋਣ ਫਿਰ ਧੀ ਦਾ ਹੱਕ ਬਣਦਾ ਮਾਂ ਨੂੰ ਮਾਪੇ ਨੂੰ ਸੰਭਾਲ ਲੈਣ ਦਾ। ਜਦ ਉਹਦੇ ਨੌਂ ਜਦ ਉਹਨਾਂ ਦੇ ਨੌਂ ਪੁੱਤ ਹੈਗੇ ਆ ਠੀਕ ਹੈ, ਤਾਂ ਫਿਰ ਇਹ ਵਿੱਚ ਰਹੂ ਤਾਂ ਫਿਰ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਤਾਂ ਨਹੀਂ ਰਹਿਣਾ ਚਾਹੀਦਾ ਵਿੱਚ ਇਹਨਾਂ ਨੂੰ। ਜਦੋਂ ਆਪ ਖੁਦ ਹੀ ਮੰਨ ਗਈ ਵੀ ਭਰਜਾਈ ਨਹੀਂ ਚੰਗਾ ਲੱਗਦਾ ਤੇ ਇਹਨੂੰ ਨਹੀਂ ਵਿੱਚ ਰਹਿਣਾ ਚਾਹੀਦਾ। ਇਹਦੇ 'ਚ ਮਾਣ ਹੈ ਇਹਦਾ, ਵੱਖਰੀ ਰਹੇ, ਆਵਾਜਾਈ ਰੱਖੇ, ਮਿਲਣ ਗਿਲਣ ਆਵੇ, ਬਰੇ ਪਏ ਵੱਖਰੀ, ਤੇ ਉਹ ਜ਼ਿਆਦਾ ਮਾਣ ਬਣੂਗਾ, ਉਹ ਭਰਜਾਈ ਵੀ ਇਹਨੂੰ ਮਾਣ ਦੇਣ ਲੱਗ ਪਊਗੀ। ਇਹਦਾ ਇਹ ਚਾਹੀਦਾ ਇਹਨੂੰ, ਮੇਰੀ ਰਾਏ ਆ। ਠੀਕ ਹੈ ਗਿਆਨ ਸਿੰਘ ਜੀ, ਵਿੱਚ ਵਿੱਚ ਇਹਨੂੰ ਨਹੀਂ ਰਹਿਣਾ ਚਾਹੀਦਾ। ਜੇ ਇਹਦੇ ਕੋਲ ਨਾ ਕੁਛ ਹੋਵੇ ਤਾਂ ਫਿਰ ਚਲੋ ਵੱਖਰੀ ਗੱਲ ਹੋ ਗਈ, ਤੁਸੀਂ ਕਹਿੰਦੇ ਫਾਈਨੈਂਸ਼ੀਅਲੀ ਵੀ ਠੀਕ ਆ, ਘਰ ਵੀ ਸਭ ਕੁਛ ਹੈਗਾ, ਠੀਕ ਨਹੀਂ? ਹਾਂਜੀ, ਨਾਲੇ ਇਹਨਾਂ ਮੁਲਕਾਂ 'ਚ ਤਾਂ ਰੌਲਾ ਹੀ ਕੋਈ ਨੀਗਾ, ਇੰਡੀਪੈਂਡੈਂਟ ਸਾਰੇ ਸਕੇ ਭਰਾ ਨਹੀਂ ਇਕੱਠੇ ਰਹਿ ਸਕਦੇ, ਜਾ ਕੇ ਵਿੱਚ ਭੈਣ ਕਿੱਦਾਂ ਵਿੱਚ ਉਹਨਾਂ 'ਚ ਰਹਿ ਸਕਦੀ ਆ, ਸਕੇ ਭਰਾ ਨਹੀਂ ਰਹਿ ਸਕਦੇ। ਉਹੀ ਮੈਂ ਇੱਕ ਡੈਵਲਸ ਐਡਵੋਕੇਟ ਵਾਕਨ ਗੱਲ ਕਰ ਰਹੀ ਹਾਂ ਕਿ ਸਾਡਾ ਦਿਮਾਗ ਹਮੇਸ਼ਾ ਇੱਕ ਪਾਸੇ ਜਾਂਦਾ ਹੈ ਵੀ ਇੰਜ ਨਹੀਂ ਹੁੰਦਾ। ਇਹ ਪਹਿਲੇ ਹੀ ਐਗਜ਼ੈਂਪਲਰੀ ਫੈਮਿਲੀ ਹੈ, ਡਿਫਰੈਂਟ ਤਰੀਕੇ ਨਾਲ ਰਹਿ ਰਹੀ ਹੈ ਔਰ ਬਹੁਤ ਖੁਸ਼ ਲੱਗ ਰਹੇ ਨੇ ਸਾਰਿਆਂ ਨੂੰ। ਜਿਵੇਂ 10 ਪਰਿਵਾਰ ਦੇ ਮੈਂਬਰਸ ਨੇ, ਸਾਰਿਆਂ ਨੂੰ ਪ੍ਰੋਬਲਮ ਨਹੀਂ ਹੈ। ਅਗਰ ਇੱਕ ਪ੍ਰੋਬਲਮ ਹੈ ਤਾਂ ਸਾਰੇ ਇਹ ਕਰਨਾ ਚਾਹੀਦਾ, ਮੈਨੂੰ ਮਤਲਬ ਆਈ ਐਮ ਜਸਟ ਥਿੰਕਿੰਗ ਕਿ ਸਾਰਿਆਂ ਦਾ ਧਿਆਨ ਉੱਧਰ ਹੀ ਜਾ ਰਿਹਾ। ਪਰ ਹੋਪਫੁਲੀ ਤੁਸੀਂ ਸੁਣਿਆ ਕਿ ਮੈਂ ਬ੍ਰੇਕ ਦੇ ਵਿੱਚ ਇਹਨਾਂ ਨਾਲ ਗੱਲ ਕੀਤੀ ਹੈ ਅਤੇ ਉਹ ਕਹਿੰਦੇ ਕਿ ਉਹ ਆਪਸ਼ਨ ਨਹੀਂ ਹੈ, ਕੋਈ ਹੋਰ ਸਲਾਹ ਦਿਓ। ਜੋ ਦੱਸਣ ਜੋ ਤੁਸੀਂ ਮੈਂ ਸੁਣਿਆ ਉਹਦੇ ਹਿਸਾਬ ਨਾਲ ਤਾਂ ਇਹੀ ਲੱਗਾ ਵੀ ਉਹ ਉਹਨੂੰ ਪ੍ਰੋਬਲਮ ਹੈਗੀ ਹੈ। ਹਾਂਜੀ, ਉਹ ਕਹਿੰਦੇ ਕਿ ਇਹ ਆਪਸ਼ਨ ਨਹੀਂ ਹੈ ਕਿ ਮੈਂ ਅਲੱਗ ਹੋ ਜਾਵਾਂ। ਜਿੰਦਿਆਂ ਜੀ ਪਿਓ ਮੈਨੂੰ ਨਹੀਂ ਅਲੱਗ ਦੇਣਗੇ, ਨਾਲੇ ਮਾਂ ਨੂੰ ਬਹੁਤ ਲੋੜ ਹੈ, ਉਹ ਆਪਸ਼ਨ ਨਹੀਂ ਹੈ, ਮੈਂ ਵੱਖਰੇ ਨਹੀਂ ਹੋ ਸਕਦੀ। ਨਹੀਂ, ਇਹ 'ਚ ਹੋਰ ਗੱਲ ਹੈ, ਮਾਂ ਨੂੰ ਧੀ ਦੀ ਲੋੜ ਕਿਉਂ, ਨੌਵਾਂ ਦੀ ਲੋੜ ਕਿਉਂ ਨਹੀਂ? ਉਹ ਤਾਂ ਮਾਂ ਨੂੰ ਹੈ ਜਾਂ ਇਹਨਾਂ ਨੂੰ ਹੈ, ਆਈ ਡੋਂਟ ਨੋ। ਹੱਕ ਤਾਂ ਹੁਣ ਹੱਕ ਤੋਂ ਉਹਨਾਂ ਦਾ ਬਣਦਾ। ਜੀ ਜੀ ਜੀ, ਹੱਕ ਤੋਂ ਉਹਨਾਂ ਦਾ ਬਣਦਾ, ਨੌਵਾਂ ਜਿਹੜਿਆਂ ਹੱਕ ਨੌਵਾਂ ਦਾ ਬਣਦਾ, ਉਹਦਾ ਸੱਸਾਂ ਦਾ ਸਾਂਭਣ ਦਾ, ਧੀਆਂ ਦਾ ਤਦ ਬਣਦਾ ਨਾ ਹੋਣ ਤਾਂ। ਉਹ ਤਾਂ ਠੀਕ ਹੈ ਵੀ ਧੀਆਂ ਨੇੜੇ ਹੁੰਦੀਆਂ, ਤੁਸੀਂ ਹਸਪਤਾਲ ਚਲੇ ਜਾਓ, ਕਿਤੇ ਚਲ ਜਾਓ, ਸਾਰੀਆਂ ਧੀਆਂ ਲੈ ਕੇ ਬੈਠੀਆਂ। ਕੋਈ ਰੇਅਰ ਹੀ ਹੈ ਕਿ ਪੁੱਤਰ ਜਾਂ ਨੂੰਹ ਲੈ ਕੇ ਆਈ ਹੋਈ ਹੈ, ਸਾਰੀਆਂ ਧੀਆਂ ਲੈ ਕੇ ਆਈਆਂ ਹੋਈਆਂ ਦਿਖਾਉਣ ਵਾਸਤੇ, ਅਪੁਆਇੰਟਮੈਂਟਸ ਵਾਸਤੇ, ਸਾਰੀਆਂ ਜਿੰਨੇ ਮਰਜ਼ੀ ਤੁਸੀਂ ਵੇਟਿੰਗ ਰੂਮਸ ਦੇਖ ਲਓ। ਸਟੈਟਿਸਟੀਕਲੀ ਨੋਟ ਓਨਲੀ ਕਿ ਬਾਹਰਲੇ ਮੁਲਕਾਂ ਦੇ ਬੰਦੇ ਜਿਹੜੇ ਇੱਥੇ ਹੈਗੇ ਆ, ਈਵਨ ਪੰਜਾਬੀਆਂ ਦੇ ਵਿੱਚ ਧੀਆਂ ਦਿਖਾ ਰਹੀਆਂ ਡਾਕਟਰਸ ਨੂੰ ਜਾਂ ਕੁਛ ਇਸ ਤਰ੍ਹਾਂ ਕਰ ਰਹੀਆਂ। ਸੋ ਇਹ ਨੈਚੁਰਲ ਜਿਹਾ ਹੈਗਾ ਕਿ ਧੀਆਂ ਜ਼ਿਆਦਾ ਕਰਦੀਆਂ ਨੇ। ਕਰਦੀਆਂ ਧੀਆਂ ਹੀ ਆ, ਪਰ ਜੇ ਨੂੰਹ ਨੂੰ ਉਤਰਾਜ ਆ ਤਾਂ ਫਿਰ ਧੀ ਦਾ ਕੀ ਹੱਕ ਬਣ ਗਿਆ? ਉੱਥੇ ਨੂੰ ਕਹਿੰਦੀ ਮੇਰਾ ਘਰ ਆ, ਨੂੰ ਉਸ ਘਰ ਚ ਵਿਆਹੀ ਆਈ ਆ, ਧੀ ਵਿਆਹੀ ਦਾ ਆਪਣੇ ਘਰ ਚਲੇ ਗਈ, ਇਹ ਵੀ ਤਾਂ ਗੱਲ ਹੈ ਨਾ। ਧੀ ਦਾ ਘਰ ਫਿਰ ਰਹਿ ਨਹੀਂ ਜਾਂਦਾ, ਧੀ ਦਾ ਪ੍ਰਾਹੁਣੇਚਾਰੀ ਬਣ ਜਾਂਦੀ ਆ, ਧੀ ਦਾ ਹੱਕ ਉਸ ਘਰ ਚ ਡਿਫਰੈਂਟ ਹੋ ਗਿਆ ਨਾ, ਕਿਉਂਕਿ ਆਪਣੇ ਆਦਮੀ ਨਹੀਂ ਰਿਹਾ ਤੇ
ਪਿਓ ਵਾਪਸ ਲਿਆਏ ਨਾ ਸੋ ਘਰ ਤੇ ਉਹਨਾਂ ਦਾ ਆਈ ਡੋਨਟ ਨੋ ਨਹੀਂ 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 ਦੇ ਗੱਲ ਇਹ ਆ ਮੈਂ ਤੁਹਾਨੂੰ ਆਪਣੀ ਗੱਲ ਦੱਸੀ ਮੇਰੇ ਫਾਦਰ ਮੈਂ ਮੇਰੀ ਉਮਰ 4.5 ਸਾਲ ਸੀਗੀ ਸਾਰੀ ਦੋ ਭੈਣਾਂ ਛੋਟੀਆਂ ਛੋਟੀ ਭੈਣ 6 ਮਹੀਨੇ ਸੀਗੀ ਜੀ ਜੀ ਸਾਨੂੰ ਆਉਣਾ ਪਿਆ ਕੰਪਲਸਰੀ ਸਾਡਾ ਨਹੀਂ ਸੀ ਪਿੱਛੇ ਨਹੀਂ ਮੈਂ ਸਮਝ ਗਈ ਉਹ ਸਾਰੀ ਅਸੀਂ ਉਮਰ ਕੱਢੀ ਉੱਥੇ ਬੜੀ ਮੇਰਾ ਵਿਆਹ ਵੀ ਉੱਥੇ ਹੋਇਆ ਪਰ ਉਹ ਵੱਡੇ ਮਾਮੇ ਨੂੰ ਦਿਨੋਂ ਦਿਨ ਸਤਾਈ ਜਾਂਦਾ ਸੀ ਮਾਮੇ ਮਾਮੀ ਨੂੰ ਸਾਡਾ ਰਹਿਣਾ ਰਾਈਟ ਰਾਈਟ ਨਹੀਂ ਬਹੁਤ ਦੱਸ ਕੇ ਵਿੱਚ ਵਿੱਚ ਅਸੀਂ ਫਿਰ ਸਮਝ ਗਏ ਸਮਝ ਗਏ ਹੋਏ ਆਪਣਾ ਘਰ ਬਣਾ ਕੇ ਰਹਿਣ ਲੱਗ ਪਏ ਉਹ ਆਪ ਹੀ ਸ਼ਰਮ ਆਉਣ ਲੱਗ ਪਈ ਉਹਨੂੰ ਸਿਗਾ ਵੀ ਸ਼ਹਿਰੇ ਸਾਡੇ ਤੇ ਪਲਦੇ ਆ ਸਾਡਾ ਘਰ ਉਸ ਤੋਂ ਵਧੀਆ ਬਣ ਗਿਆ ਔਰ ਲੋਕਾਂ ਨੇ ਦੱਸਿਆ ਦੇਖਿਆ ਉਹੀ 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 ਫਿਰ ਮਹਿਸੂਸ ਕਰਨ ਲੱਗ ਪਿਆ ਅਗਰ ਇਹ ਵੱਖਰੀ ਹੋ ਕੇ ਰਹਿਣ ਲੱਗ ਪਵੇ ਤੇ ਇਹਦਾ ਮਾਣ ਸਤਿਕਾਰ ਇੰਨਾ ਬਣ ਜਾਣਾ ਉਹਨੂੰ ਸ਼ਰਮ ਆ ਜਾਣੀ ਵੀ ਮੈਂ ਤਾਂ ਇੰਨਾ ਇਸ ਤਰ੍ਹਾਂ ਕਰਦੀ ਸੀ ਤੇ ਇਹ ਤਾਂ ਮੇਰੇ ਤੋਂ ਜ਼ਿਆਦਾ ਵਧੀਆ ਰਹਿ ਗਿਆ ਤਾਂ ਥੈਂਕ ਯੂ ਸੋ ਮਚ ਸੇਵਾ ਕਰੇ ਲਿਜਾਵੇ ਆਵੇ ਜਾਵੇ ਮਗਰ ਆਪਣਾ ਘਰ ਵੱਖਰੇ ਚ ਰਵੇ ਇਹ ਥੈਂਕ ਯੂ ਜੀ ਥੈਂਕ ਯੂ ਸੋ ਮਚ ਬਹੁਤ ਆਪਣੇ ਐਕਸਪੀਰੀਅੰਸ ਤੋਂ ਬੋਲ ਰਹੇ ਸਾਰੇ ਸੋ ਮੈਂ ਇਨਸਿਸਟ ਕਰ ਰਹੀ ਹਾਂ ਕਿ ਦੂਸਰੇ ਪਾਸੇ ਵੀ ਸੋਚੋ ਜਸਟ ਬਿਕੋਜ਼ ਕਿ ਉਹ ਸੋਚਣ ਨੂੰ ਕਹਿ ਰਹੇ ਨੇ ਜਿਹੜੇ ਇੱਕ ਸਵਾਲ ਪੁੱਛ ਰਹੇ ਨੇ ਅਦਰਵਾਈਜ਼ ਤੁਹਾਡੇ ਸਾਰਿਆਂ ਦੇ ਐਕਸਪੀਰੀਅੰਸ ਦੇ ਅੱਗੇ ਅਸੀਂ ਕੁਛ ਨਹੀਂ ਕਹਿ ਸਕਦੇ ਤੁਸੀਂ ਸਾਰੇ ਜੋ ਬੋਲ ਰਹੇ ਹੋ ਉਹ ਆਪਣੇ ਐਕਸਪੀਰੀਅੰਸ ਦੇ ਥਰੂ ਬੋਲ ਰਹੇ ਹੋ ਜਿਵੇਂ ਗਿਆਨਸਿੰਘ ਜੀ ਕਹਿ ਰਹੇ ਮੈਂ ਖੁਦ ਆਪ ਬੀਤੀ ਹੈ ਮੇਰੀ ਕਿ ਇਸ ਤਰ੍ਹਾਂ ਹੋਇਆ ਸੀ ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਇਸ ਤੋਂ ਪਹਿਲੇ ਕਿ ਮੈਂ ਹੋਰ ਕਾਲਸ ਲਵਾਂ ਜ਼ਰੂਰ ਦੱਸਾਂ ਕਿ ਕੱਲ੍ਹ ਟਿਊਨ ਇਨ ਟੂ ਟੋਕ ਅਬਾਊਟ ਅ ਟੋਪਿਕ ਬੜੀ ਸੀਰੀਅਸ ਗੱਲਾਂ ਅਸੀਂ ਕਰਦੇ ਹਾਂ ਵਿੱਚ ਵਿੱਚ ਮੈਨੂੰ ਬਿਲਕੁਲ ਲੱਗਦਾ ਹੈ ਕਿ ਕੁਛ ਬ੍ਰੇਕ ਚਾਹੀਦੀ ਹੈ ਉਹ ਵੀ ਸਾਡੀ ਹਮੇਸ਼ਾ ਥੈਰੇਪਿਊਟਿਕ ਹੀ ਹੁੰਦਾ ਹੈ ਕਿਉਂਕਿ ਕੱਲ੍ਹ ਅਸੀਂ ਗੱਲ ਕਰਾਂਗੇ ਕੁਛ ਹੈਪੀ ਮੈਮਰੀਜ਼ ਬਾਰੇ ਚਾਈਲਡਹੁੱਡ ਦੀਆਂ ਮੈਮਰੀਜ਼ ਰਿਮੈਂਬਰ ਅੱਜ ਕੱਲ੍ਹ ਬੜਾ ਵੀਡੀਓਜ਼ ਪੇਰੈਂਟਸ ਦੇ ਨਾਲ ਵੀਡੀਓਜ਼ ਬੱਚਿਆਂ ਦੇ ਛੋਟੇ ਟੋਡਲਰਸ ਦੇ ਚਲੇ ਹੋਏ ਆ ਉਹਨਾਂ ਨੂੰ ਦੇਖ ਕੇ ਕਿੰਨਾ ਮਜ਼ਾ ਆਉਂਦਾ ਯੂ ਇਟ ਬ੍ਰਿੰਗ ਸਮਾਈਲ ਟੂ ਯੋਰ ਫੇਸ ਸੋ ਮੈਂ ਚਾਹੁੰਦੀ ਹਾਂ ਕਿ ਜੋ ਤੁਸੀਂ ਆਪਣੀ ਮੈਮਰੀ ਯਾਦ ਕਰੋ ਐਜ਼ ਅ ਚਾਈਲਡ ਭਾਵੇਂ ਉਹ ਪੇਰੈਂਟ ਨਾਲ ਹੋਏ ਫਰੈਂਡ ਨਾਲ ਹੋਏ ਕੁਛ ਵੀ ਬਚਪਨ ਦੀਆਂ ਯਾਦਾਂ ਜਿਹੜੀਆਂ ਕਿ ਤੁਹਾਡੇ ਮੂੰਹ 'ਤੇ ਸਮਾਈਲ ਲਿਆਉਣ ਉਹ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਸਾਰੇ ਇਕੱਠੇ ਵੀ ਕੈਨ ਫੀਲ ਗੁੱਡ ਅਬਾਊਟ ਇਟ ਸੋ ਕੱਲ੍ਹ ਵਾਸਤੇ ਯਾਦ ਰੱਖਣਾ ਵਾਰੀ ਵਾਰੀ ਆਪਣੀਆਂ ਮੈਮਰੀਜ਼ ਸ਼ੇਅਰ ਕਰਨੀਆਂ ਲਿਖ ਕੇ ਰੱਖ ਲਿਓ ਇੱਕ ਤੋਂ ਜ਼ਿਆਦਾ ਵੀ ਮੈਮਰੀ ਸ਼ੇਅਰ ਕਰ ਸਕਦੇ ਹੋ ਸੋ ਕੀਪ ਕਾਲਿੰਗ ਐਂਡ ਸ਼ੇਅਰਿੰਗ ਯੋਰ ਡਿਫਰੈਂਟ ਮੈਮਰੀਜ਼ ਸੋ ਜ਼ਰੂਰ ਹੈਪੀ ਮੈਮਰੀਜ਼ ਆਫ ਚਾਈਲਡਹੁੱਡ ਜਾਂ ਯੰਗਰ ਏਜ ਕੋਈ ਵੀ ਟਾਈਮ 'ਤੇ ਜ਼ਰੂਰ ਸ਼ੇਅਰ ਕਰਿਓ ਕੱਲ੍ਹ ਅੱਜ ਵਾਸਤੇ ਕੁਇਕਲੀ ਹੋਰ ਕਾਲਸ ਲੈਂਦੇ ਹਾਂ ਹੈਲੋ ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਮੈਂ ਫਿਰ ਦੁਬਾਰਾ ਆ ਗਿਆ ਹਾਂਜੀ ਦੱਸੋ ਇਸ ਤਰ੍ਹਾਂ ਇਸ ਕਰਕੇ ਆਉਣਾ ਪਿਆ ਤੁਸੀਂ ਕਿਹਾ ਨਾ ਬਈ ਦੁਬਾਰਾ ਹਸਪਿਟਲ ਵੀ ਜਾਂਦੇ ਹਸਪਿਟਲ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਉਹ ਕੁੜੀਆਂ ਹੈਗੀਆਂ ਜਿਹੜੀਆਂ ਉਹ ਲਾਈਟ ਕਿੱਥੇ ਜਾਂਦੀਆਂ ਨੇ ਤੇ ਵੋਟੀਆਂ ਨੀ ਉਹਦਾ ਕਾਰਨ ਉਹ ਵੋਟੀਆਂ ਨੀ ਹੈਗੀਆਂ ਉਹਦਾ ਕਾਰਨ ਅਸੀਂ ਜਿਹੜੇ ਮਾਂ ਬਾਪ ਅਸੀਂ ਆਪ ਹੈਗੇ ਆ ਮੇਰੀ ਬੇਟੀ ਚੰਡੀਗੜ੍ਹ ਹੈਗੀ ਆ ਹਾਂਜੀ ਹਾਂਜੀ ਮੇਰੀ ਬੇਟੀ ਚੰਡੀਗੜ੍ਹ ਆ ਮੈਨੂੰ ਕੋਈ ਪ੍ਰੋਬਲਮ ਹੁੰਦੀ ਆ ਮੈਂ ਪਾਰਕ ਚ ਜਾ ਕੇ ਉਹਨੂੰ ਫੋਨ ਕਰਦਾ ਤੇ ਵੋਟੀ ਇੱਥੇ ਆ ਮੈਂ ਆਪਣੀ ਵੋਟੀ ਨੂੰ ਕਦੇ ਵੀ ਕੋਨਫੀਡੈਂਸ ਚ ਨਹੀਂ ਲਿਆ ਵੀ ਮੇਰਾ ਇਹ ਕੰਮ ਕਰਦੇ ਜਾਂ ਮੈਨੂੰ ਇਹ ਪ੍ਰੋਬਲਮ ਆ ਗਈ ਜੇ ਅਸੀਂ ਵੋਟੀਆਂ ਨੂੰ ਵੀ ਆਪਣੀ ਧੀਆਂ ਸਮਝ ਕੇ ਕੋਨਫੀਡੈਂਸ ਚ ਉਹ ਲਈਏ ਤੇ ਉਹ ਵੀ ਉਹ ਜਾਣਾ ਐਸੀ ਗੱਲ ਨੀ ਉਹਨਾਂ ਚ ਵੀ ਉਹ ਦਿਲ ਹੈਗਾ ਐਸੀ ਗੱਲ ਨੀ ਹੁੰਦੀ ਪਰ ਸਮੱਸਿਆ ਇਹ ਆ ਜੇ ਕੁੜੀ ਘਰ ਆ ਜਾਂਦੀ ਏ ਤੇ ਸੱਸ ਤੇ ਕੁੜੀ ਅਲੱਗ ਉਹ ਬੈਠ ਕੇ ਚਾਹੇ ਉਹ ਚੁਗਲੀਆਂ ਨਾ ਕਰਨ ਆਪਣਾ ਵੋਟੀ ਦੀ ਪਰ ਉਹਦੀਆਂ ਜਦੋਂ ਗੱਲਾਂ ਕਰਦੀਆਂ ਨੇ ਵੋਟੀ ਨੂੰ ਐ ਮਹਿਸੂਸ ਹੁੰਦਾ ਵੀ ਚੁਗਲੀਆਂ ਇਹ ਮੇਰੀਆਂ ਕਰ ਰਹੀਆਂ ਨੇ ਬੇਸ਼ਕ ਉਹ ਆਪਣੀ ਗੱਲ ਕਰ ਰਹੀ ਆ ਹੁਣ ਤੇ ਉਹ ਉਹਨੇ ਨਾ ਸੱਸ ਨਾ ਸਹੁਰਾ ਕਦੇ ਵੀ ਆਪਣੇ ਬੇਟੇ ਦੀ ਵਾਈਫ ਨਾਲ ਖੁੱਲ ਕੇ ਗੱਲ ਨਹੀਂ ਕਰਨਗੀਆਂ ਜਿਹਨਾਂ ਆਪਣੀ ਬੇਟੀ ਨਾਲ ਹੋ ਕੇ ਸਾਡਾ ਇੱਕ ਘੰਟਾ ਰੋਜ਼ ਫੋਨ ਹੁੰਦਾ ਚਾਹੇ ਮੇਰੀ ਵਾਈਫ ਦਾ ਚਾਹੇ ਮੇਰਾ ਕੋਈ ਪ੍ਰੋਬਲਮ ਹੁੰਦੀ ਹੈ ਅੱਜ ਤੇਰੀ ਮੰਮੀ ਨੇ ਫਿਰ ਰੋਟੀ ਨਹੀਂ ਦਿੱਤੀ ਅੱਜ ਤੇਰੀ ਮੰਮੀ ਨੇ ਐ ਕਰਤਾ ਉਹ ਵੀ ਮਤਲਬ ਉਹ ਗੱਲ ਚੰਡੀਗੜ੍ਹ ਜਾਂਦੀ ਹੈ ਰੋਜ਼ ਰਾਤ ਨੂੰ ਸਹੀ ਹੈ ਤੇ ਮੈਂ ਆਪਣੇ ਬੇਟੇ ਦੀ ਵਾਈਫ ਨੂੰ ਹਾਂਜੀ ਅੱਜ ਤੱਕ ਨਹੀਂ ਇਹ ਗੱਲ ਉਹ ਕਹੀ ਤੇ ਗਲਤੀ ਸਾਡੀ ਹੈ ਠੀਕ ਹੈ ਵੋਟੀਆਂ ਦੀ ਨਹੀਂ ਹੈਗੀ ਯਾ ਮਤਲਬ ਉਹੀ ਗੱਲ ਹੈ ਕਿ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਮੈਂ ਹੋਰ ਕਾਲਸ ਲੈਂਦੀ ਹਾਂ ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ ਹੈਲੋ 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 ਹਾਂਜੀ ਹਾਂ ਬੇਟਾ ਮੇਰੀ ਗੱਲ ਸੁਣੋ ਤੁਸੀਂ ਵੀ ਚਲੋ ਪ੍ਰੋਬਲਮ ਹਰੇਕ ਦੀ ਘਰ ਹੁੰਦੀਆਂ ਨੇ ਹਾਂਜੀ ਹਾਂਜੀ ਬਈ ਦੂਜੀ ਗੱਲ ਇਹ ਹੈ ਜੇ ਧੀਆਂ ਨੂੰ ਫਿਰ ਮਾਪੇ ਵਿਆਹੁਣੇ ਕਿਉਂ ਜੀ ਉਹ ਆਪਦੇ ਘਰੇ ਰੱਖ ਸਕਦੇ ਹੋਣ
ਓਕੇ ਵਿਆਹ ਕਰਦੇ ਨੇ ਤਾਂ ਧੀਆਂ ਆਪਦੇ ਘਰੇ ਸਜਦੀਆਂ ਨੇ, ਕੋਈ ਵੀ ਆ, ਚਾਹੇ ਚਾਹੇ ਕਿਸੇ ਦੇ ਭਾਈ ਹੈਗਾ, ਕਿਸੇ ਦੇ ਹੈ ਹੀ ਨਹੀਂ, ਚਾਹੇ ਭਰਜਾਈਆਂ ਨੇ, ਜੋ ਵੀ ਹੈਗੇ ਨੇ, ਜਦ ਇੱਕ ਦੂਜੇ ਦੀ ਮਿਜਾ ਨਹੀਂ ਮਿਲਦੀ ਹੈਗੀ, ਫਿਰ ਇਹਦੇ 'ਚ ਬਹੁਤ ਫਰਕ ਪੈ ਜਾਂਦਾ, ਆਪਦੇ ਘਰੇ ਸੋਹਣਾ ਲੱਗਣਾ ਜਦ ਵੀ ਲੱਗਣਾ। ਠੀਕ, ਬਹੁਤ ਵਧੀਆ, ਓਕੇ ਬੇਟਾ, ਠੀਕ ਹੈ ਜੀ, ਥੈਂਕ ਯੂ ਸੋ ਮਚ, ਹੋਰ ਲੈਂਦੇ ਹਾਂ। ਹੈਲੋ, ਹਾਂਜੀ ਜੀ, ਅਰੁਣ ਜੀ, ਮੈਂ ਬਹੁਤ ਲੇਟ ਆਈ ਹਾਂ, ਕੋਈ ਮੈਸੇਜ ਸੁਣਿਆ ਨਹੀਂ ਹੈ ਕਿ ਕੀ ਟੌਪਿਕ ਹੈ, ਪਰ ਐਨੀਵੇ ਯੂ ਆਰ ਨਾਟ ਫੀਲਿੰਗ ਵੈਲ ਲੁਕਸ ਲਾਈਕ। ਹਾਂਜੀ, ਫਲੂ ਤੋਂ ਉੱਠੀ, ਹਾਂਜੀ, ਕੱਲ੍ਹ ਪਾਰਟਿਸਿਪੇਟ ਕਰਾਂਗੀ, ਕੋਈ ਗੱਲ ਨਹੀਂ, ਬਹੁਤ ਮੈਨੂੰ ਟੌਪਿਕ ਪਤਾ ਚੱਲਿਆ। ਚਲੋ ਕੋਈ ਨਹੀਂ, ਕੱਲ੍ਹ ਜ਼ਰੂਰ ਕਰਿਓ, ਹੈਪੀ ਮੈਮਰੀਜ਼ ਆਫ ਚਾਈਲਡਹੁੱਡ, ਥੈਂਕ ਯੂ ਸੋ ਮਚ। ਉਹਦਾ ਜੇ ਤੁਸੀਂ ਉਹਦਾ ਕੋਈ ਮੈਨੂੰ ਜਵਾਬ ਨਹੀਂ ਦਿੱਤਾ, ਯੂ ਲਾਈਕ ਇਟ অর ਨਾਟ, ਆਈ ਡੋਨਟ ਨੋ, ਮੈਂ ਚੈੱਕ ਕਰਾਂਗੀ ਦੁਬਾਰਾ, ਮੇ ਬੀ ਆਮ ਜਸਟ ਮਿਸਡ ਸਮਥਿੰਗ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਵੈਰੀ ਗੁੱਡ ਨੋਟ, ਠੀਕ ਹੈ ਜੀ, ਠੀਕ ਹੈ, ਠੀਕ ਹੈ, ਥੈਂਕ ਯੂ ਸੋ ਮਚ। ਦਰਸ਼ਨ ਕਿੱਥੇ ਗਈ ਸੀ ਤੇ ਮੈਂ ਹੁਣ ਆ ਕੇ ਲਗਾਇਆ, ਮੈਸੇਜ ਸੁਣਿਆ ਨਹੀਂ ਕਿ ਟੌਪਿਕ ਕੀ ਹੈ, ਪਰ ਆਈ ਡੋਨਟ ਵਾਂਟ ਟੂ। ਠੀਕ ਹੈ, ਠੀਕ ਹੈ, ਥੈਂਕ ਯੂ ਸੋ ਮਚ ਸੁਦਰਸ਼ਨ ਜੀ, ਰੀਅਲੀ ਐਪਰੀਸ਼ੀਏਟ ਦਿਸ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ, ਹਾਂਜੀ, ਸਤਿ ਸ਼੍ਰੀ ਅਕਾਲ ਅਰਵਿੰਦ, ਮੈਂ ਗਾਲੀ ਬੋਲ ਰਹੀ ਹਾਂ। ਹਾਂਜੀ, ਜਸਬੀਰ ਜੀ, ਦੱਸੋ, ਥੈਂਕ ਯੂ ਫੋਰ ਕਾਲਿੰਗ। ਬਸ ਸੁਣ ਕੇ ਕਾਲ ਮਿਲ ਜਾਏ ਤੇ ਅੱਛਾ ਲੱਗਦਾ ਹੈ। ਹਾਂਜੀ, ਮੈਂ ਸਾਰਿਆਂ ਦਾ ਸੁਣ ਰਹੀ ਸੀ, ਮੈਨੂੰ ਇੰਝ ਲੱਗ ਰਿਹਾ ਸੀ ਕਿ ਥੋੜਾ ਜਿਹਾ ਅਸੀਂ ਜਿਹੜਾ ਪਹਿਲੇ ਉਸ ਤੋਂ ਬਾਹਰ ਨਿਕਲੀਏ ਕਿ ਸੋਸਾਇਟੀ ਵਿੱਚ ਕੀ ਚੱਲਦਾ। ਅਸੀਂ ਪਹਿਲੇ ਹੀ ਇਸ ਫੈਮਿਲੀ ਦਾ ਸੁਣ ਰਹੇ ਹਾਂ ਕਿ ਇਹ ਬੜੀ ਬਹੁਤ ਹੀ ਅੱਛੀ ਤਰ੍ਹਾਂ ਐਕਸਟਰਾ ਆਰਡੀਨਰੀ ਫੈਮਿਲੀ ਚੱਲ ਰਹੀ ਹੈ ਜੀ, ਬਿਲਕੁਲ, ਜਿਹੜੇ ਆਲਰੇਡੀ ਇਸ ਪਾਸੇ ਚੱਲ ਰਹੇ ਨੇ ਨਾ, ਉਹਨਾਂ ਨੂੰ ਵਾਪਿਸ ਸੋਸਾਇਟੀ ਵੱਲ ਨਾ ਲੈ ਕੇ ਆਈ, ਇਹੀ ਤੇ ਸਾਡੇ ਵਾਸਤੇ ਰੋਲ ਮਾਡਲ ਹੈਗੇ ਨੇ। ਹਾਂ, ਹੁਣ ਇਹਨਾਂ ਨੂੰ ਅਗਰ ਆ ਗਈਏ, ਉਹ ਆਉਂਦੀ ਹੈ ਮਿਸ ਅੰਡਰ, ਦੋ ਭੈਣਾਂ ਵਿੱਚ ਵੀ ਆ ਜਾਣ, ਬਿਲਕੁਲ ਜ਼ਰੂਰੀ ਨਹੀਂ ਹੈ ਨਾਨ ਭਰਜਾਈ ਚਾਹੀਏ, ਸਾਡੀਆਂ ਦੋ ਬਰਾਬਰ ਦੀਆਂ ਭੈਣਾਂ, ਵੱਡੀ ਛੋਟੀ ਭੈਣ, ਇਹ ਹਰ ਜਗ੍ਹਾ ਆਉਂਦੀ ਹੈ। ਮੈਨੂੰ ਇੰਝ ਲੱਗਦਾ ਹੈ ਕਿ ਉਹਨਾਂ ਨੂੰ ਨਾ ਆਪਣੀ ਭਰਜਾਈ ਨਾਲ ਕੱਲਿਆਂ ਗਲਵਕੜੀ ਚ ਲੈ ਕੇ ਗੱਲ ਕਰਨੀ ਚਾਹੀਦੀ ਹੈ ਸੋਹਣੇ ਤਰੀਕੇ ਨਾਲ, ਕਿ ਮੈਨੂੰ ਇਹ ਕੁਛ ਮਿਸ ਲੱਗ ਰਿਹਾ ਤੇਰੇ ਫੇਸ ਤੇ, ਔਰ ਅਗਰ ਉਹ ਬਿਕੋਜ਼ ਆਫ ਮੀ ਹੈਗਾ ਏ ਤੇ ਤੂੰ ਮੇਰੇ ਨਾਲ ਕਲੀਅਰ ਗੱਲ ਕਰ, ਮੈਂ ਉਹ ਚਾਹੁੰਦੀ ਹੀ ਨਹੀਂ ਕਿ ਮੇਰੇ ਕਾਰਨ ਤੇਰੇ ਮੂੰਹ ਦੀ ਸਮਾਈਲ ਚਲੀ ਜਾਏ। ਸੋ ਮੈਨੂੰ ਇਹ ਹੱਲ ਲੱਗਦਾ ਹੈ, ਭਾਵੇਂ ਅਲੱਗ ਰਹੋ, ਭਾਵੇਂ ਨਾਲ ਰਹੋ, ਭਾਵੇਂ ਮਾਂ ਪਿਓ ਨਾਲ, ਭਾਵੇਂ ਕੁਛ ਵੀ ਹੋਏ, ਸਾਡਾ ਇਹ ਜ਼ਰੂਰੀ ਨਹੀਂ ਹੈ ਕਿ ਦੂਰ ਰਹਿ ਕੇ ਰਿਲੇਸ਼ਨ ਬਣ ਜਾਏਗਾ, ਔਰ ਇਹ ਵੀ ਕਈ ਵਾਰੀ ਬਹੁਤ ਵਾਰੀ ਹੁੰਦਾ ਹੈ ਕਿ ਕਦਮ ਦੂਰ ਚਲੇ ਜਾਈਏ ਤੇ ਸਾਡਾ ਪਿਆਰ ਵੱਧ ਜਾਂਦਾ। ਜੀ ਬਿਲਕੁਲ ਜਸਬੀਰ ਜੀ, ਇਹੀ ਮੇਰਾ ਪੁਆਇੰਟ ਹੈ ਕਿ ਫਿਜ਼ੀਕਲ ਕੋਲ ਰਹਿਣਾ ਜਾਂ ਉਹਦੇ ਨਾਲ ਬਦਲੇਗਾ ਕੀ, ਉਹ ਜ਼ਰੂਰੀ ਦੇਖਣਾ ਹੈ। ਹਾਂ, ਤੇ ਸਾਡੀ ਅਗਰ ਅਸੀਂ ਵੱਖਰੇ ਵੀ ਹੋਈਏ, ਅਸੀਂ ਦੋ ਕਦਮ ਅਲੱਗ ਵੀ ਹੋਈਏ, ਤਾਂ ਵੀ ਇੰਨੇ ਸੁਣੀ ਸੋਹਣੇ ਤਰੀਕੇ ਨਾਲ ਗੱਲ ਕਰਕੇ ਵੱਖਰੇ ਹੋਈਏ ਕਿ ਉਸ ਵਿੱਚ ਦਮ ਹੋਏ ਜੀ, ਸਾਨੂੰ ਪਤਾ ਲੱਗੇ ਕਿ ਅਸੀਂ ਕਰ ਕੀ ਰਹੇ ਹਾਂ। ਫਿਰ ਅਗਰ ਇਹ ਦਰਾਰ ਵੱਧਦੀ ਵੱਧਦੀ ਵੱਧ ਗਈ, ਫਿਰ ਅੰਦਰ ਗਿਲਟ ਬਣਿਆ ਰਹਿ ਜਾਏਗਾ। ਆਪਣੇ ਲਈ ਕੰਮ ਕਰੇ ਉਹ ਮੇਰੀ ਭੈਣ, ਜਿੰਨੇ ਜਿਹੜਾ ਵੀ ਕਰਨਾ, ਕਿ ਮੇਰੇ ਕਾਰਨ ਹੈ ਨਹੀਂ, ਹੋ ਸਕਦਾ ਉਹਦੇ ਅੰਦਰ ਕੋਈ ਹੋਰ ਗੱਲ ਚੱਲ ਰਹੀ ਹੋਏ, ਮੈਂ ਐਵੇਂ ਹੀ ਕੋਈ ਡਾਊਟ ਪਾਲ ਕੇ ਬੈਠੀ ਹੋਵਾਂ। ਸਭ ਤੋਂ ਪਹਿਲੇ ਉਹਦੇ ਨਾਲ ਬਹੁਤ ਪਿਆਰ ਨਾਲ ਕੱਲਿਆਂ ਗੱਲ ਕਰੇ, ਜਿਵੇਂ ਹੁਣ ਤੱਕ ਉਹਦੇ ਨਾਲ ਰਹਿ ਰਹੀ ਸੀ ਨਾ, ਉਸੇ ਪਿਆਰ ਸਦਕਾ ਉਹਦੇ ਨਾਲ ਗੱਲ ਕਰਕੇ ਉਹਦੇ ਲਈ ਹੱਲ ਲੱਭੋ, ਦੋਨੋਂ ਰਲ ਕੇ ਹੱਲ ਲੱਭੋ, ਤੀਸਰੇ ਨੂੰ ਵਿੱਚ ਲਿਆਓ ਹੀ ਨਾ, ਨਾ ਮੰਮੀ ਨਾ ਪਾਪਾ ਨਾ ਕੋਈ, ਹਮੇਸ਼ਾ ਦੋ ਜਿਨ੍ਹਾਂ ਵਿੱਚ ਮਿਸਅੰਡਰਸਟੈਂਡਿੰਗ ਹੁੰਦੀ ਹੈ ਉਹੀ ਆਪਸ ਵਿੱਚ ਕੱਲਿਆਂ ਬੈਠ ਕੇ ਬੜੇ ਸੋਹਣੇ ਵਰਡ ਨਾਲ ਗੱਲ ਕਰਨ ਤੇ ਹਰ ਪ੍ਰੋਬਲਮ ਦਾ ਸਲਿਊਸ਼ਨ ਹੁੰਦਾ। ਹਮੇਸ਼ਾ ਸਲਿਊਸ਼ਨ ਤੇ ਗੱਲ ਕਰੀਏ, ਪ੍ਰੋਬਲਮ ਨੂੰ ਨਾ ਬਾਰ ਬਾਰ ਡਿਸਕਸ ਕਰੀਏ। ਥੈਂਕ ਯੂ ਸੋ ਮਚ ਜਸਬੀਰ ਜੀ, ਰੀਅਲੀ ਐਪਰੀਸ਼ੀਏਟ। ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਹਾਂਜੀ ਹਾਂਜੀ ਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਹੀ ਹਾਂ ਜੀ। ਦੱਸੋ ਜੀ, ਸਵਾਗਤ ਹੈ। ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗੀ, ਜੋ ਜਸਵੀਰ ਭੈਣ ਜੀ ਨੇ ਹੁਣੇ ਕਿਹਾ, ਕੁਛ ਗੱਲ ਛੱਡੀ ਨੀ ਉਹਨਾਂ ਨੇ, ਕਿ ਜਿਹੜੀ ਮਤਲਬ ਕਿ ਨਾ ਕਹੀ ਜਾਵੇ ਨਾ, ਸਭ ਕੁਛ ਉਹਨਾਂ ਨੇ ਦੱਸ ਦਿੱਤਾ। ਪਰ ਜੋ ਸੋਚ ਰਹੇ ਆ ਕਿ ਲੜਕੀਆਂ ਸੇਵਾ ਕਰਨ, ਲੜਕੇ ਸੇਵਾ, ਉਹ ਤਾਂ ਅੱਜ ਕੱਲ ਦੇ ਜ਼ਮਾਨੇ 'ਚ ਬਿਲਕੁਲ ਗਲਤ ਹੀ ਆ, ਕਿਉਂਕਿ ਬੱਚੇ ਤਾਂ ਸਭ ਦੇ ਆ, ਲੜਕੀਆਂ ਹੋਣ ਜਾਂ ਲੜਕੇ ਸਭ ਬਰਾਬਰ ਹੈਗੇ ਆ। ਬਸ ਇਹੀ ਆ ਕਿ ਉਹ ਦੇਖੋ, ਬਾਪ ਕੋਲ ਇੰਨਾ ਕੁਛ ਆਲਰੇਡੀ ਹੈਗਾ, ਆਪਣੀ ਬੱਚੀ ਨੂੰ ਆਪਣੇ ਘਰ ਲੈ ਆਏ, ਬੇਟਿਆਂ ਵਾਂਗ ਰੱਖਿਆ, ਸਾਰਾ ਪਰਿਵਾਰ ਇਕੱਠਾ, ਤੇ ਇਹ ਤਾਂ ਇੱਕ
ਮਤਲਬ ਕਿ ਇਸ ਦੁਨੀਆਂ ਵਿੱਚ ਇੱਕ ਮਿਸਾਲ ਦਾ ਹੀ ਕੰਮ ਹੈਗਾ ਅੱਜ ਕੱਲ ਦੇ ਜ਼ਮਾਨੇ ਜੀ 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 ਬਿਲਕੁਲ ਬਸ ਇਹੀ ਹੈਗਾ ਕਿ ਉਹ ਆਪਣੀ ਭਰਜਾਈ ਦੇ ਨਾਲ ਇੰਨਾ ਪਿਆਰ ਕਰੇ ਆਪਣੇ ਬਾਪ ਨੂੰ ਸਮਝਾਵੇ ਕਿ ਸਾਨੂੰ ਦੋਨਾਂ ਨੂੰ ਬਿਠਾ ਕੇ ਤੁਸੀਂ ਸਲਾਹ ਲਿਆ ਕਰੋ ਤੁਹਾਡੀ ਬਹੂ ਵੀ ਬੜੀ ਅੱਛੀ ਜਿਸ ਤਰ੍ਹਾਂ ਮੈਂ ਆ ਉਸੇ ਤਰ੍ਹਾਂ ਤੁਹਾਡੀ ਬਹੂ ਆ ਕਿ ਮੈਂ ਨਹੀਂ ਚਾਹੁੰਦੀ ਕਿ ਸਾਡੇ ਪਿਆਰ ਦੇ ਵਿੱਚ ਕਮੀ ਆਵੇ ਸਾਡੇ ਪਰਿਵਾਰ ਦੇ ਵਿੱਚ ਆਪਣੀ ਭਰਜਾਈ ਨੂੰ ਨਾਲ ਬਿਠਾ ਕੇ ਜੋ ਵੀ ਸਲਾਹ ਕਰਨੀ ਆ ਬਿਲਕੁਲ ਉਹਨੂੰ ਪੁੱਛੇ ਕਿ ਕੀ ਗੱਲ ਭਾਬੀ ਤੁਸੀਂ ਕਿਉਂ ਅਪਸੈਟ ਹੈਗੇ ਆ ਕੀ ਗੱਲ ਹੋਈ ਆ ਸਾਰਾ ਬੜੇ ਪਿਆਰ ਜਿਸ ਤਰ੍ਹਾਂ ਗੁਰਦੀਪ ਉਹਨਾਂ ਨੇ ਕਿਹਾ ਔਰ ਜਸਵੀਰ ਉਹਨਾਂ ਨੇ ਕਿਹਾ ਬਿਲਕੁਲ ਪੂਰਾ ਸਭ ਕੁਛ ਉਹਨਾਂ ਨੇ ਸਹੀ ਕਿਹਾ ਆਹ ਜਿਹੜੀਆਂ ਗੱਲਾਂ ਆ ਕਿ ਲੜਕੇ ਹੀ ਮਾਂ ਬਾਪ ਦੀ ਸੇਵਾ ਕਰਨ ਭਰਜਾਈਆਂ ਕਰਨ ਲੜਕੀਆਂ ਨੇ ਉਹ ਬਿਲਕੁਲ ਰੋਂਗ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸਭ ਨੂੰ ਮਿਲ ਕੇ ਹੀ ਸਾਰੇ ਬੱਚੇ ਇੱਕ ਬਰਾਬਰ ਮਾਂ ਬਾਪ ਲਈ ਔਰ ਮਾਂ ਬਾਪ ਨੂੰ ਵੀ ਸਭ ਬੱਚਿਆਂ ਨੂੰ ਪ੍ਰੋਪਰਟੀ ਇੱਕ ਬਰਾਬਰ ਦੇਣੀ ਚਾਹੀਦੀ ਆ ਜਾਂ ਲੜਕੀਆਂ ਹੋਣ ਜਾਂ ਲੜਕੇ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਹੋਰ ਇੱਕ ਕਾਲ ਲੈ ਲੈਂਦੇ ਹਾਂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਮੇਰਾ ਨਾਮ ਦਲਜੀਤ ਹੈ ਜੀ ਸਵਾਗਤ ਹੈ ਪਹਿਲੀ ਵਾਰੀ ਕਾਲ ਕਰ ਰਹੀ ਹਾਂ ਮੈਂ ਤੁਹਾਡਾ ਸ਼ੋਅ ਤੇ ਵੈਸੇ ਦੇਖਦੀ ਰਹਿੰਦੀ ਹਾਂ ਪਰ ਅੱਜ ਵਾਲਾ ਸਬਜੈਕਟ ਜਿਹੜਾ ਮੈਨੂੰ ਬੜਾ ਨਜ਼ਦੀਕ ਮੇਰੇ ਲੱਗਿਆ ਇਸ ਕਰਕੇ ਮੈਂ ਕਾਲ ਕਰ ਰਹੀ ਹਾਂ ਦੱਸੋ ਪਲੀਜ਼ ਦੇਖੋ ਮੈਂ ਤੇ ਇਹ ਕਹਿੰਦੀ ਕਿਉਂਕਿ ਤੁਸੀਂ ਕਿਹਾ ਉਹਨਾਂ ਨੇ ਵੀ ਕਿਹਾ ਕਿ ਮੂਵ ਆਊਟ ਦੀ ਤੇ ਕੋਈ ਆਪਸ਼ਨ ਹੀ ਨਹੀਂ ਹੈ ਜੀ ਜੀ ਤੇ ਇਹਦਾ ਮਤਲਬ ਹੈ ਉਹਨਾਂ ਨੂੰ ਜੋ ਵੀ ਫ੍ਰਿਕਸ਼ਨ ਹੈ ਉਹਨਾਂ ਨੂੰ ਉਹਨੂੰ ਸੌਰਟ ਆਊਟ ਕਰਨਾ ਤੇ ਉਹਦੇ ਲਈ ਉਹਨਾਂ ਨੂੰ ਉਹਦਾ ਰੀਜ਼ਨ ਲੱਭਣਾ ਪਏਗਾ ਕਿ ਹੋ ਕਿਸ ਕਰਕੇ ਰਿਹਾ ਮੇ ਬੀ ਇਹਨਾਂ ਦੇ ਬੱਚੇ ਵੀ ਵੱਡੇ ਹੋ ਗਏ ਉਹਨਾਂ ਦੇ ਬੱਚੇ ਵੱਡੇ ਹੋ ਗਏ ਮੇ ਬੀ ਇਹਨਾਂ ਦੇ ਫਾਦਰ ਇਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਸਪੋਰਟ ਕਰ ਰਹੇ ਜਾਂ ਕੁਛ ਕਰ ਰਹੇ ਜਿਹਦੇ ਕਰਕੇ ਭਾਬੀ ਥੋੜ੍ਹਾ ਜਿਹਾ ਜੈਲਸ ਫੀਲ ਕਰ ਰਹੀ ਹੈ ਤੁਹਾਨੂੰ ਪਤਾ ਜੈਲਸੀ ਜਦੋਂ ਆ ਜਾਏ ਵਿੱਚ ਉਹਦਾ ਫਿਰ ਕੋਈ ਇਲਾਜ ਹੀ ਨਹੀਂ ਹੈਗਾ ਤੇ ਇਹਨਾਂ ਨੂੰ ਬੈਠ ਕੇ ਆਪਣੇ ਫਾਦਰ ਨਾਲ ਵੀ ਗੱਲ ਕਰਨੀ ਪਏਗੀ ਕਿ ਮੇਰੇ ਬੱਚੇ ਵੱਡੇ ਆ ਮੈਂ ਉਹਨਾਂ ਨੂੰ ਦੇਖ ਰਹੀ ਹਾਂ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ ਪਰ ਦੂਸਰੇ ਬੱਚਿਆਂ ਨੂੰ ਵੀ ਉਸ ਤਰ੍ਹਾਂ ਟ੍ਰੀਟ ਕਰੋ ਔਰ ਆਪਣੀ ਭਾਬੀ ਨਾਲ ਬੈਠ ਕੇ ਓਪਨ ਡਿਸਕਸ਼ਨ ਕਰਨ ਕਿਉਂਕਿ ਕਹਿਣ ਮੇਰੇ ਭਾਬੀ ਮੇਰੇ ਦਿਲ ਵਿੱਚ ਕੁਛ ਨਹੀਂ ਹੈਗਾ ਮੈਂ ਤੁਸੀਂ ਜੋ ਮੈਨੂੰ ਕਹਿੰਦੇ ਹੋ ਮੈਂ ਕਰਨ ਲਈ ਤਿਆਰ ਹਾਂ ਪਰ ਮੈਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੀ ਹਾਂ ਔਰ ਇਹਨਾਂ ਨੂੰ ਦੂਸਰੀ ਚੀਜ਼ ਇਹ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਪੋਜ਼ਿਟਿਵ ਸੋਚਣ ਉਹਨਾਂ ਦੇ ਲਈ ਕਈ ਵਾਰ ਇਹ ਹੁੰਦਾ ਕਿ ਅਸੀਂ ਦੂਸਰੇ ਬੰਦੇ ਦੇ ਦਿਲ ਵਿੱਚ ਕੋਈ ਗੱਲ ਹੋਵੇ ਨਾ ਅਸੀਂ ਇੰਨਾ ਨੈਗੇਟਿਵ ਸੋਚ ਲੈਂਦੇ ਹਾਂ ਕਿ ਉਹ ਨੈਗੇਟਿਵ ਉਸ ਬੰਦੇ ਦੇ ਤੱਕ ਜਾਂਦਾ ਤੇ ਉਹ ਵੀ ਫਿਰ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦਾ ਜੀ 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 ਬਿਲਕੁਲ ਬਿਲਕੁਲ ਕਿਉਂਕਿ ਮੇਰੀ ਛੋਟੀ ਸਿਸਟਰ ਨਾਲ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਸੀ ਉਹਦੇ ਬੱਚੇ ਛੋਟੇ ਛੋਟੇ ਸੀ ਉਹਦੇ ਹਸਬੈਂਡ ਗੁਜ਼ਰ ਗਏ ਫਿਰ ਉਹ ਮੇਰੇ ਪੇਰੈਂਟਸ ਉੱਥੇ ਜਾ ਕੇ ਰਹੇ ਪਰ ਉਹਨਾਂ ਨੇ ਮੇਰੀ ਵੱਡੀ ਭਾਬੀ ਸੀ ਮੇਰੇ ਫਾਦਰ ਨੇ ਘਰ ਦੀਆਂ ਚਾਬੀਆਂ ਅਕਾਊਂਟ ਐਵਰੀਥਿੰਗ ਭਾਬੀ ਦੇ ਹੱਥ 'ਚ ਫੜਾ ਦਿੱਤੀਆਂ ਤਾਂ ਕਿ ਉਹਨੂੰ ਕਿਸੇ ਚੀਜ਼ ਦਾ ਕੋਈ ਗਿਲਾ ਨਾ ਹੋਵੇ ਕਿ ਆਪਣੀ ਧੀ ਨੂੰ ਤੇ ਉਹਦੇ ਬੱਚਿਆਂ ਨੂੰ ਲਿਆ ਕੇ ਮੇਰੇ ਘਰ ਵਿੱਚ ਬਿਠਾ ਦਿੱਤਾ ਤੇ ਉਹ ਹੁਣ ਤੱਕ ਉਹ ਸਰ ਮੇਰੇ ਪੇਰੈਂਟਸ ਗੁਜ਼ਰ ਗਏ ਹੈ ਪਰ ਉਹ ਮੇਰੀ ਭਾਬੀ ਨੇ ਔਰ ਉਹਦੇ ਬੱਚਿਆਂ ਨੇ ਮੇਰੀ ਭੈਣ ਔਰ ਉਹਦੇ ਬੱਚਿਆਂ ਦਾ ਇੰਨਾ ਧਿਆਨ ਰੱਖਿਆ ਕਿ ਹੁਣ ਵੀ ਉਹ ਸਾਰੇ ਜਣੇ ਇੱਕੋ ਸ਼ਹਿਰ 'ਚ ਰਹਿੰਦੇ ਪਰ ਉਹਨਾਂ ਨੇ ਮੇਰੀ ਭੈਣ ਦੇ ਬੱਚੇ ਵੱਡੇ ਹੋ ਗਏ ਕੰਮ ਕਰਨ ਲੱਗ ਪਏ ਫਿਰ ਉਹਨਾਂ ਨੇ ਆਪਣਾ ਮਕਾਨ ਬਣਵਾ ਲਿਆ ਤੇ ਮੇਰੀ ਭੈਣ ਵੀ ਉੱਥੇ ਚਲੀ ਗਈ ਫਿਰ ਜੀ 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 ਔਰ ਇਹ ਸਾਰਿਆਂ ਨੂੰ ਬੈਠ ਕੇ ਗੱਲ ਕਰਨੀ ਪਏਗੀ ਕਿਉਂਕਿ ਅੱਜ ਕੱਲ੍ਹ ਦੇਖੋ ਫੈਮਲੀ ਜਦੋਂ ਸਭ ਜਣੇ ਕਹਿੰਦੇ ਆ ਨਾ ਲੈਟਸ ਹੈਵ ਦਿਸ ਥਿੰਗ ਲੈਟਸ ਹੈਵ ਦਿਸ ਥਿੰਗ ਮੈਂ ਹਮੇਸ਼ਾ ਕਹਿੰਦੀ ਹਾਂ ਲੈਟਸ ਹੈਵ ਏ ਫੈਮਲੀ ਕਿਉਂਕਿ ਫੈਮਲੀ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈਗੀ ਜੀ ਥੈਂਕ ਯੂ ਸੋ ਮਚ ਫੋਰ ਕਾਲਿੰਗ ਥੈਂਕ ਯੂ ਇਸੇ ਤਰ੍ਹਾਂ ਕਾਲ ਕਰਿਆ ਕਰੋ ਜ਼ਰੂਰ ਜੀ ਥੈਂਕ ਯੂ ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਜਦੋਂ ਤੁਸੀਂ ਜਿੰਨੀਆਂ ਵੀ ਟੌਪਸ ਪਾ ਕੇ ਆਉਂਦੇ ਹੋ ਨਾ ਦੇ ਆਰ ਆਲਵੇਜ਼ ਮਾਈ ਫੇਵਰਿਟ ਓਕੇ ਥੈਂਕ ਯੂ ਸੋ ਮਚ ਰੀਅਲੀ ਐਪਰੀਸ਼ੀਏਟ ਦਿਸ ਬਹੁਤ ਵਧੀਆ ਸਾਰਿਆਂ ਦੀ ਯੂ ਨੋ ਇੱਕ ਤਰ੍ਹਾਂ ਨਾਲ ਕੰਟਰੀਬਿਊਸ਼ਨ ਹੋ ਗਈ ਐਂਡ ਬਿਲਕੁਲ ਸਹੀ ਹੈ ਜਿਨ੍ਹਾਂ ਨੇ ਕਿਹਾ ਕਿ ਅਲੱਗ ਹੋ ਜਾਓ ਉਹ ਵੀ ਇੱਕ ਨੋਰਮਲ ਧਿਆਨ ਹੀ ਜਾਂਦਾ ਕਿ ਮੋਸਟ ਆਫ ਦਾ ਟਾਈਮ ਸਾਡੀ ਹਿਊਮਨ ਨੇਚਰ ਹੈ ਕਿ ਅਵੋਇਡ ਕਰੋ ਕੋਈ ਕਨਫਰੰਟੇਸ਼ਨ ਕੋਈ ਯੂ ਨੋ ਇਸ਼ੂ ਹੋਣ ਤੋਂ ਪਹਿਲਾਂ ਹੀ ਇਹ ਕਰ ਲਓ ਬਟ ਉਹੀ ਗੱਲ ਵਧੀਆ ਹੈ ਜਸਬੀਰ ਜੀ ਦੀ ਕਿ ਇਹ ਤਾਂ ਇੱਕ ਫੈਮਲੀ ਉਹ ਹੈ ਜਿਹੜੀ ਨਹੀਂ ਸੋਚ ਰਹੀ ਕਿ ਹਾਏ ਕੁੜੀ ਕਿਉਂ ਵਿੱਚ ਰਹਿੰਦੀ ਹੈ ਕੁੜੀ ਕਿਉਂ ਸੇਵਾ ਕਰ ਰਹੀ ਹੈ ਸੋ ਅਸੀਂ ਉਹਨਾਂ ਨੂੰ ਨਾ ਉਹ ਕਰੀਏ ਔਰ ਜਿਸ ਤਰ੍ਹਾਂ ਇਹਨਾਂ ਨੇ ਵੀ ਕਿਹਾ ਦਲਜੀਤ ਜੀ ਨੇ ਕਿ ਕੀ ਚੀਜ਼ ਨਹੀਂ ਮਿਲਦੀ ਅੱਜ ਕੱਲ੍ਹ ਇਸ ਫੈਮਲੀ ਸੋ ਦੇ ਹੈਵ ਇਟ ਸੋ ਇਟਸ ਬਿਊਟੀਫੁਲ ਐਂਡ ਆਈ ਥਿੰਕ ਗੁਰਦੀਪ ਜੀ ਨੇ ਵੀ ਜਿਵੇਂ ਕਿਹਾ ਔਰ ਸਭ ਨੇ ਕਿ ਗੱਲ ਕਰਨ
ਮੰਨਦੇ ਹਾਂ ਕਈ ਪਰਸਨੈਲਿਟੀਜ਼ ਗੱਲ ਹੀ ਨਹੀਂ ਕਰ ਪਾਉਂਦੇ, ਪਰ ਜਿਵੇਂ ਦਲਜੀਤ ਜੀ ਨੇ ਕਿਹਾ ਅਗਰ ਆਪਣੀ ਇੰਟੈਂਸ਼ਨ ਅਸੀਂ ਟੋਟਲੀ 100% ਉਸ ਤੋਂ ਵੀ ਜ਼ਿਆਦਾ ਅਗਰ ਨੇਕ ਰੱਖਾਂਗੇ, ਕਿਉਂਕਿ ਗ੍ਰੈਟੀਟਿਊਡ ਬਹੁਤ ਅੱਛੀ, ਮੈਂ ਹਮੇਸ਼ਾ ਕਹਿੰਦੀ ਗ੍ਰੈਟੀਟਿਊਡ ਇਜ਼ ਦਾ ਬਿਗੈਸਟ ਸੋਲਿਊਸ਼ਨ ਟੂ ਐਵਰੀ ਪ੍ਰੋਬਲਮ। ਤੁਸੀਂ ਅਗਰ ਸੋਚ ਕੇ ਦੇਖੋ ਨਾ, ਲਿਖ ਕੇ ਸਤਵੰਤ ਜੀ ਨੇ ਵੀ ਲਿਖਿਆ, ਕਹਿੰਦੇ ਨੇ ਕਿ ਸਾਰੇ ਡਾਟਰ ਇਨ, ਇਹ ਗੱਲ ਨਹੀਂ ਹੈ ਕਿ ਆਲ ਸਨਸ ਐਂਡ ਡਾਟਰਸ ਕੈਨ ਹੈਲਪ, ਮਸਟ ਹੈਲਪ ਟੇਕ ਕੇਅਰ ਆਫ ਦਾ ਪੇਰੈਂਟਸ, ਨੋਟ ਓਨਲੀ ਡਾਟਰ ਇਨ ਲਾਜ਼, ਪੁੱਤਰਾਂ ਨੂੰ ਵੀ ਧੀਆਂ ਨੂੰ ਵੀ ਓਨਾ ਹੀ ਧਿਆਨ ਰੱਖਣਾ ਚਾਹੀਦਾ ਪੇਰੈਂਟਸ ਦਾ, ਸਿਰਫ ਨੂੰਹਾਂ ਦੀ ਜ਼ਿੰਮੇਵਾਰੀ ਨਹੀਂ ਹੈ। ਐਂਡ ਇਹ ਵੀ ਕਹਿ ਰਹੇ ਨੇ ਕਿ ਲੇਡੀ ਨੂੰ ਇਹ ਕਹਿਣਾ ਚਾਹ ਰਹੇ ਨੇ ਕਿ ਲਿਖ ਕੇ ਰੱਖ ਲਓ, ਅਗਰ ਗੱਲ ਨਹੀਂ ਕਰਨਾ ਕਰ ਸਕਦੇ, ਪਲੀਜ਼ ਆਸਕ ਦ ਲੇਡੀ ਟੂ ਰਾਈਟ ਡਾਊਨ ਹਰ ਓਨ ਫੀਲਿੰਗਸ ਐਂਡ ਸਿਚੁਏਸ਼ਨ ਦੈਟ ਆਰ ਅਲਾਉਇੰਗ ਦੋਜ਼ ਫੀਲਿੰਗਸ ਫੋਰ ਦਾ ਨੈਕਸਟ ਮੰਥ, ਸ਼ੀ ਵਿਲ ਸੀ ਅ ਪੈਟਰਨ ਵਿਦ ਇਨ ਹਰ, ਦੈਨ ਸ਼ੀ ਕੈਨ ਸਿਟ ਐਂਡ ਟਾਕ ਟੂ ਭਰਜਾਈ। ਬਟ ਉਹ ਹੀ ਕਿ ਲਿਖ ਕੇ ਕਰ ਲੈਣ ਉਹ, ਪਰ ਉਹ ਇਸ ਚੀਜ਼ ਤੋਂ ਉਹ ਵੀ ਯੂ ਨੋ ਨਹੀਂ ਐਗਰੀ ਕਰਦੇ ਕਿ ਸਿਰਫ ਇੱਕ ਬੰਦੇ ਦੀ, ਕਿ ਸਾਨੂੰ ਦਾ ਜ਼ਿੰਮੇਵਾਰੀ ਹੈ, ਉਹਨਾਂ ਦਾ ਹੱਕ ਕਹਿ ਕੇ ਤੁਸੀਂ ਉਹਨਾਂ ਨੂੰ ਬੈਟਰ ਕਰ ਦਿੰਦੇ ਹੋ, ਪਰ ਇੱਕ ਤਰ੍ਹਾਂ ਨਾਲ ਜ਼ਿੰਮੇਵਾਰੀ ਹੈ ਸਾਰਿਆਂ ਦੀ ਹੈ, ਅੱਜ ਕੱਲ੍ਹ ਜ਼ਮਾਨਾ ਵੀ ਉਹ ਹੋ ਗਿਆ। ਪਰ ਉਹ ਕਿ ਗੱਲ ਆਪਸ ਵਿੱਚ ਸ਼ਾਇਦ ਨਹੀਂ ਵੀ ਕਰ ਸਕਦੇ ਜਿਨ੍ਹਾਂ ਨੇ ਕਿਹਾ ਬੈਠ ਕੇ ਕਰ ਲੈਣ, ਇੱਕ ਇਹ ਜ਼ਰੂਰ ਮੈਨੂੰ ਲੱਗਦਾ ਹੈ ਕਿ ਪਰਸਨੈਲਿਟੀ ਕਿ ਜਦੋਂ ਆਪਣੇ ਵੱਲੋਂ ਕਰਾਂਗੇ ਨਾ, ਕਿ ਹਾਈ ਗ੍ਰੈਟੀਟਿਊਡ ਜਿੱਥੇ ਮੈਂ ਪਹਿਲੇ ਆ ਰਹੀ ਸੀ, ਸ਼ੁਰੂਆਤ ਤੋਂ ਇਹ ਵੱਡੀ ਭਰਜਾਈ ਕਰਕੇ ਹੀ ਨਾ ਵੇ ਤੁਸੀਂ ਇਸ ਘਰ ਦੇ ਵਿੱਚ ਹੈਗੇ ਹੋ। ਦੇਖਿਆ ਜਾਏ ਜਿੰਨਾ ਮਰਜ਼ੀ ਸਹੁਰਾ ਸਾਹਿਬ ਚਾਹੁੰਦੇ ਹੋਣ, ਕਦੋਂ ਦੀਆਂ ਇਸ਼ੂਜ਼ ਹੋ ਜਾਂਦੀਆਂ ਅਗਰ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਜਾਂ ਉਹ ਜ਼ਾਹਿਰਾ ਤੌਰ 'ਤੇ ਕੁਛ ਕਰ ਦਿੰਦੇ। ਸੋ ਹੁਣ ਤਾਂ ਕਿੰਨਾ ਵਧੀਆ ਚੱਲ ਰਿਹਾ, ਕ੍ਰੈਡਿਟ ਗੋਜ਼ ਟੂ ਹਰ, ਸ਼ੀ ਵਾਜ਼ ਦ ਐਲਡੈਸਟ, ਐਂਡ ਫਿਰ ਛੋਟੀ ਭਰਜਾਈ ਨੇ ਫੋਲੋ ਕੀਤਾ ਹੋਣਾ ਕਿ ਜੋ ਪੈਟਰਨ ਚੱਲ ਰਿਹਾ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਨ 'ਚ ਗ੍ਰੈਟੀਟਿਊਡ ਕਰਕੇ ਉਹਦੇ ਨਾਲ ਗਲਵੱਕੜੀ ਪਾ ਕੇ, ਫਿਜ਼ੀਕਲੀ ਵੀ ਮੈਟਾਫੋਰੀਕਲੀ ਵੀ, ਕਿ ਉਹ ਉਹਨਾਂ ਵੱਲ ਉਹ ਐਨਰਜੀ ਭੇਜੋ ਕਿ ਬਹੁਤ ਵਧੀਆ ਸਾਰਾ ਕੁਛ ਹੈਗਾ, ਦੱਸੋ ਭੈਣ ਕੋਈ ਪ੍ਰੋਬਲਮ ਹੈ, ਕੋਈ ਹੋਰ ਇਸ਼ੂ ਹੈ, ਮੈਨੂੰ ਦੱਸੋ, ਲੈਟਸ ਜਸਟ ਸਿੱਟ ਟੂਗੈਦਰ ਐਜ਼ ਫਰੈਂਡਸ ਐਂਡ ਸੋਰਟ ਇਟ ਆਊਟ ਟੂਗੈਦਰ, ਦੁਬਾਰਾ ਇਕੱਠੇ ਤਰ੍ਹਾਂ ਕਰੀਏ। ਕੱਲ੍ਹ ਵਾਸਤੇ ਸਭ ਨੇ ਜ਼ਰੂਰ ਜੁਆਇਨ ਕਰਨਾ, ਇਹਨੂੰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਹੁਣ ਵਾਸਤੇ ਸਤਿ ਸ਼੍ਰੀ ਅਕਾਲ।